मन में ध्यान गुर के शब्द मंत्र मन मान गुर के चरण हृदय ले तारो गुर पार ब्रह्म सदा नमस्कार मत को परम पुल्ले संसार गुर बिन कोई ना उतरस पार रहाओ पुले को गुर मार्ग पाया अवर त्याग हर भक्ति लाया जन्म मरण की त्रास मिटाई गुरपुरी की बेअंत वडाई तेरे कवन कवन गुण कह कह गावा तू साहिब गुणी निदाना तुमरी महिमा बरन ना सको तू ठाकुर ऊच भगवाना बेसुमार यथा अगंत अतुल ज्यों बुलाव त्यों नानक दास बुले ज्यों बुलाव त्यों नानक दास बुले जुगो जुग अटल चबर छतर तख्त दे मालक हाजरा हजूर जहरा जहूर सर्ब कलम परपूर दीन दुनी दे पातशाह लोक प्रलोक दे राखे बेअंत बख्शिशां दे भंडार दीन दयाल पतित पावन भगत वछल कृपा निधान राजन राज पानन पान देवान देव उपमा महान दे सोमे जागत जोत सम्राथ गुरुदेव शब्द गुरु तन 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 सतगुरु साहिब श्री गुरु ग्रंथ साहिब जी महाराज जिन्हां दे महान मुबारक मुकद्दस परम प्यारी पावन पाक पवित्र हजूरी अंदर जुड़ मिल बैठे गुरु रूप गुरु प्यारी सात संगत जीओ वडभागे हाँ सतगुरु जी ने अपार कृपा कर इस सुभागा समा सानू बख्शिया सत संगत अंदर सजे हुए संध्या वेलियां दे दीवाना दियां आप जी ने हाजरियां भरियां हन अज रात्रि दे ये विशेष दीवान जो कि अज पंजवें पातशाह शहीदां दे सरताज बाणी के बोहिथे सतगुरु तन 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 सतगुरु साहिब श्री गुरु अर्जन देव महाराज जी के पावन पवित्र प्रकाश पुरब नूं मुख रख के सजाए गए ने हाजरियां आप जी ने भरिया ने अमृत बाणी के कीर्तन का आनंद माणिया आओ समा हो रहा है सतगुरु के जीवन नाल संबंधित गुरमत गुर इतिहास गुरबाणी कथा विचार दा पातशाह जी के जीवन विचों सतगुरु कृपा बख्शिश मेहर की नज़र कर सानू संसारी जीवन नू की मत समत प्रदान करते ने की सिख्यावां दे रहे ने अपां साहिब जी दे चरण कमलों विच हाजरी लवाउंदे हुए गुरु बख्शिश दे पात्र बनना है आओ विचारां दी आरंभता तो पहलां समूह माई भाई सतगुरां दे चरणां विचों असीस लैंदे हुए करिए बेनती कि हे गरीब निवाज आप जी की महिमा अगाध बोध है असी संसारी जीव तुच्छ मत अल्प बुद्धि वाले हाँ तुसी आप ही मेहर बख्शिश कृपा दया की नज़र करो मत समत बख्शो अपने अमोल अगाध बोध अगम्मी गहर गंभीर बचना की विचार आप ही करवा लो सानू कहण सुनण ते समझण दी समत बख्शो पढ़िया सुनिया अते विचारिया कोई बचन साडे हिरदिया अंदर वस जाए साडा सुनना सुनाउणा सफल हो जाए सतगुर दया करन कृपा करन
ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਅੰਦਰ ਦਾ ਟਿਕਾ ਬਖਸ਼ਣ। ਸਮੂਹ ਮਾਈ ਭਾਈ ਜਿੰਨੇ ਵੀ ਆਪ ਗੁਰੂ ਚਰਨਾਂ ਵਿੱਚ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਦੇ ਹੋਏ ਸਾਵਧਾਨ ਇਕਾਗਰ ਚੀਤ ਹੋ ਕਰ ਦੁਏ ਕਰ ਜੋਰ ਅਦਬ ਪਿਆਰ ਸਤਿਕਾਰ ਸਹਿਤ ਚੁਕਾਓ ਸੀਸ। ਦਾਸ ਨੂੰ ਬਖਸ਼ੋ ਅਸੀਸ, ਲਵਾਓ ਹਾਜ਼ਰੀ, ਬੁਲੰਦ ਆਵਾਜ਼ ਵਿੱਚ ਪਾਓ ਫਤਿਹ ਦੀ ਸਾਂਝ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਨੇ ਬਾਣੀ ਅੰਦਰ ਸਿੱਖਾਂ ਨੂੰ ਵਧਾਈ ਦਿੱਤੀ ਹੈ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਮਹਾਰਾਜ ਕਹਿੰਦੇ ਨੇ ਹਰ ਉਹ ਗੁਰੂ ਦਾ ਸਿੱਖ ਵਧਾਈ ਦੇ ਯੋਗ ਹੈ, ਵਧਾਈ ਦਾ ਪਾਤਰ ਹੈ, ਜਿਹੜਾ ਆਪਣੇ ਮਨ ਦੇ ਅੰਦਰ ਗੁਰੂ ਦਾ ਦੀਦਾਰ ਕਰ ਲੈਂਦਾ ਹੈ, ਜੋ ਗੁਰੂ ਕੋਲ ਗੁਰੂ ਲਈ ਆ ਜਾਂਦਾ ਹੈ। ਅੱਜ ਅਸੀਂ ਆਪਣੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਵਿੱਚੋਂ ਪੰਜਵੇਂ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਦੀ ਸਾਂਝ ਪਾਉਣੀ ਹੈ। ਮੈਂ ਨਾਲ ਨਾਲ ਇਹ ਵੀ ਬੇਨਤੀ ਕਰਾਂ ਵੀ ਗੁਰੂ ਸਾਹਿਬ ਦਾ ਜੀਵਨ ਸਾਨੂੰ ਸਿੱਖਿਆ ਕੀ ਦਿੰਦਾ ਹੈ। ਦੋ ਗੱਲਾਂ ਨੇ ਇਹ ਜ਼ਰੂਰ ਧਿਆਨ ਵਿੱਚ ਰੱਖਿਓ, ਕਦੇ ਵੀ ਕਿਤੇ ਵੀ ਕੋਈ ਵੀ ਕਥਾਵਾਚਕ, ਕੋਈ ਵੀ ਪ੍ਰਚਾਰਕ, ਕੋਈ ਵੀ ਗੁਣੇ ਗਿਆਨੀ, ਕੀਰਤਨੀਆ, ਸੇਵਾਦਾਰ ਗੁਰੂ ਦੀ ਗੱਲ ਕਰਦਾ, ਗੁਰੂ ਦੀ ਗੱਲ ਸੁਣਾਉਂਦਾ, ਉਹਦੇ ਨਾਲ ਦੋ ਪੱਖ ਜੁੜੇ ਹੁੰਦੇ ਨੇ। ਇੱਕ ਹੈ ਜੀ ਗੁਰੂ ਸਾਹਿਬ ਦਾ ਜੀਵਨ, ਜਿਹਨੂੰ ਅਸੀਂ ਗੁਰ ਇਤਿਹਾਸ ਜਾਂ ਸਿੱਖ ਇਤਿਹਾਸ ਆਖਦੇ ਹਾਂ। ਇਹਨਾਂ ਦੋਵਾਂ ਦੇ ਸੁਮੇਲ ਨਾਲ ਜਿਹੜੀ ਵਿਚਾਰ ਸਾਡੇ ਹਿਰਦੇ ਵਿੱਚ ਉਤਰਦੀ ਹੈ, ਉਹ ਸਾਨੂੰ ਕੋਈ ਨਵੀਂ ਰੋਸ਼ਨੀ, ਕੋਈ ਨਵਾਂ ਗਿਆਨ, ਕੋਈ ਨਵਾਂ ਚਾਨਣ ਪ੍ਰਦਾਨ ਕਰਦੀ ਹੈ, ਜਿਹੜੀ ਸਾਨੂੰ ਅਗਾਊਂ ਸੰਸਾਰ ਵਿੱਚ ਸੁਚੱਜਾ ਜੀਵਨ ਜੀਣ ਦਾ ਰਾਹ ਦਿਖਾਉਂਦੀ ਹੈ। ਮੈਂ ਸੌਖੇ ਰੂਪ 'ਚ ਬੇਨਤੀ ਕਰਾਂ ਵੀ ਜਦੋਂ ਵੀ ਅਸੀਂ ਵਿਚਾਰ ਨਾਲ ਜੁੜਨਾ, ਉਹਦੇ ਦੋ ਹੀ ਪੱਖ ਨੇ, ਗੁਰ ਇਤਿਹਾਸ ਅਤੇ ਗੁਰਬਾਣੀ। ਇੰਝ ਕਹਿ ਲਓ ਬਈ ਇਹ ਦੋ ਚੀਜ਼ਾਂ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ। ਜਿਵੇਂ ਕੋਈ ਵੀ ਨਦੀ ਚੱਲੇ, ਦਰਿਆ ਚੱਲੇ, ਆਪਣੇ ਨੇੜੇ ਨਹਿਰ ਲੰਘਦੀ ਹੈ, ਪਾਣੀ ਇੱਕ ਹੈ ਪਰ ਉਹ ਦੋ ਕਿਨਾਰਿਆਂ ਦੇ ਵਿੱਚ ਸਹੀ ਤਰੀਕੇ ਨਾਲ ਵਹਿੰਦਾ ਹੈ। ਅਗਰ ਇੱਕ ਕਿਨਾਰਾ ਵੀ ਟੁੱਟ ਜਾਏ ਜਾਂ ਪਾਣੀ ਕਿਸੇ ਕਿਨਾਰੇ ਨੂੰ ਕਰੋਸ ਕਰਕੇ ਵਗੇ, ਉਹ ਹੜ੍ਹ ਦਾ ਰੂਪ ਅਖਤਿਆਰ ਕਰ ਜਾਂਦਾ ਹੈ। ਪਰ ਜਿਹੜਾ ਪਾਣੀ ਕਿਨਾਰਿਆਂ ਦੇ ਵਿੱਚ ਰਹਿ ਕੇ ਚੱਲਦਾ, ਉਹ ਨਦੀ ਹੋ ਸਕਦੀ ਹੈ, ਕੋਈ ਦਰਿਆ ਹੋ ਸਕਦਾ, ਕੋਈ ਨਹਿਰ, ਕੋਈ ਸੂਆ, ਕੋਈ ਸਮਾਲ ਕੈਨਲ, ਕੁਛ ਵੀ ਹੋ ਸਕਦੀ ਹੈ, ਉੱਥੋਂ ਸਿੰਚਾਈ ਹੁੰਦੀ ਹੈ, ਉੱਥੋਂ ਜੀਵਨ ਮਿਲਦਾ ਹੈ। ਕਿਉਂ? ਕਿਉਂਕਿ ਉਹ ਇੱਕ ਮਰਿਆਦਾ ਵਿੱਚ ਅਤੇ ਕਿਨਾਰਿਆਂ ਦੇ ਵਿੱਚ ਰਹਿ ਰਿਹਾ ਹੈ। ਹੁਣ ਸਿੱਖ ਇੱਕ ਨਦੀ ਹੈ ਅਤੇ ਸਾਡੇ ਦੋ ਕਿਨਾਰੇ ਨੇ ਜੀ, ਗੁਰ ਇਤਿਹਾਸ ਅਤੇ ਗੁਰਬਾਣੀ। ਉਮੀਦ ਹੈ ਤੁਹਾਨੂੰ ਗੱਲ ਪਕੜ ਵਿੱਚ ਆਈ ਹੋਵੇਗੀ। ਔਰ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਵੀ ਹੈ, ਉਹਦੇ ਵਿੱਚ ਦੋਵੇਂ ਗੱਲਾਂ ਗੁਰੂ ਸਾਹਿਬ ਨੇ ਸਾਹਮਣੇ ਰੱਖੀਆਂ। ਮਹਾਰਾਜ ਬਹੁਤ ਪਿਆਰਾ ਬਚਨ ਕਰਦੇ ਨੇ, ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇੱਕ ਹੈ ਜੀ ਗੁਰੂ ਦੀ ਦੱਸੀ ਹੋਈ ਕਾਰ, ਇੱਕ ਹੈ ਗੁਰੂ ਦੀ ਕਰਨੀ। ਮੈਂ ਇੱਥੇ ਬੇਨਤੀ ਕਰਦਾ ਇਹਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਿਓ। ਜਿਹੜੀ ਕਰਨੀ ਹੈ ਬਹੁਤ ਕਠਿਨ ਹੁੰਦੀ ਹੈ ਕਰਨੀ। ਸਾਡੇ ਵਰਗਾ ਜੀਵ ਗੁਰੂ ਵਾਲੀ ਕਮਾਲੇ, ਮੈਨੂੰ ਨਹੀਂ ਲੱਗਦਾ ਵੀ ਇਹ ਪੋਸੀਬਲ ਹੈ। ਗੁਰੂ ਦੀ ਕਰਨੀ, ਮਹਾਰਾਜ ਕਹਿੰਦੇ ਉਹਦੇ ਮਗਰ ਨਾ ਦੌੜਿਓ। ਗੁਰ ਕੀ ਕਰਨੀ ਕਾਹੇ ਧਾਵੋ, ਉੱਧਰ ਨਾ ਭੱਜਿਓ। ਕਿਉਂ? ਗੁਰੂ ਸਾਹਿਬ ਤੱਤੀ ਤਵੀ 'ਤੇ ਬਹਿ ਗਏ ਨੇ, ਸਿੱਖੋ ਤੁਸੀਂ ਦੌੜੋਗੇ, ਤੁਹਾਡੇ ਤੋਂ ਬਹਿ ਕੋਈ ਨਹੀਂ ਹੋਣਾ। ਆਖੋ ਸਤਨਾਮ। ਅਰ ਕਿਹਦੇ ਲਈ? ਉਹ ਸੰਸਾਰ ਲਈ, ਆਮ ਜੀਵਾਂ ਲਈ, ਆਮ ਮਨੁੱਖਤਾ ਲਈ। ਔਰ ਸਭ ਤੋਂ ਵੱਡੀ ਗੱਲ, ਸੱਚ ਲਈ, ਗੁਰਬਾਣੀ ਲਈ, ਗੁਰੂ ਲਈ, ਨਾਮ ਲਈ ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ। ਕੀ ਇਹ ਕਰਨੀ ਅਸੀਂ ਕਮਾ ਸਕਦੇ ਹਾਂ ਜੀ? ਬਹੁਤ ਕਠਿਨ ਹੈ। ਮਹਾਰਾਜ ਕਹਿੰਦੇ ਸੌਖੀ ਗੱਲ ਕਰੋ, ਤੁਸੀਂ ਉਹਦੀ ਕਾਰ ਵੱਲ ਆ ਜਾਓ। ਗੁਰ ਕਹਿਆ ਸਾ ਕਾਰ, ਹੁਣ ਕਾਰ ਕੀ ਹੈ? ਕਾਰ ਹੈ ਜੀ ਗੁਰਬਾਣੀ, ਜੋ ਗੁਰੂ ਨੇ ਦੱਸੀ ਹੈ। ਹੁਣ ਗੁਰੂ ਨੇ ਦੱਸੀ ਹੈ ਸਾਨੂੰ ਗੁਰਬਾਣੀ, ਅਸੀਂ ਪਹਿਲਾਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਸੁਣਾਂਗੇ, ਗੁਰਬਾਣੀ ਸਮਝਾਂਗੇ। ਜਦੋਂ ਵੀ ਸਕੂਲ ਵਿੱਚ ਪੜ੍ਹਾਈ ਹੁੰਦੀ ਹੈ, ਆਪਾਂ ਸਾਰੇ ਤਕਰੀਬਨ ਜਦੋਂ ਵੀ ਪੜ੍ਹੇ ਹਾਂ, ਉਹਦੇ ਦੋ ਤਰੀਕੇ ਹੁੰਦੇ ਨੇ ਜੀ। ਇੱਕ ਹੁੰਦੀ ਹੈ ਥਿਊਰੀ ਅਤੇ ਦੂਸਰਾ ਪਾਰਟ ਹੁੰਦਾ ਪ੍ਰੈਕਟੀਕਲ। ਪ੍ਰੈਕਟੀਕਲ ਉਦੋਂ ਕੀਤਾ ਜਾ ਸਕਦਾ ਜੇ ਥਿਊਰੀ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਏ।
ਜਿਹਨੂੰ ਥਿਊਰੀ ਸਮਝ ਨਾ ਆਈ, ਜਿਹੜਾ ਥਿਊਰੀ ਵਿੱਚ ਫੇਲ ਹੋ ਜਾਏ ਪ੍ਰੈਕਟੀਕਲ 'ਚ ਪਾਸ ਹੋਈ ਕੋਈ ਨਹੀਂ ਸਕਦਾ। ਸਾਨੂੰ ਸਭ ਤੋਂ ਪਹਿਲਾਂ ਥਿਊਰੀ, ਹੁਣ ਸਾਡੇ ਕੋਲ ਥਿਊਰੀ ਕੀ ਹੈ? ਥਿਊਰੀ ਹੈ ਗੁਰੂ ਸਾਹਿਬ ਦੀ ਬਾਣੀ, ਗੁਰਬਾਣੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਥਿਊਰੀ ਹੈ। ਅਤੇ ਹੁਣ ਇਹਦਾ ਪ੍ਰੈਕਟੀਕਲ ਰੂਪ ਕੀ ਹੈ? ਉਹ ਹੈ ਗੁਰ ਇਤਿਹਾਸ। ਆਪਾਂ ਦੋਵਾਂ ਤੋਂ ਸਿੱਖਿਆ ਲੈਣੀ ਹੈ। ਹੁਣ ਸਿੱਖਿਆ ਕੀ ਹੈ? ਆਪਾਂ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਦੀ ਸਾਂਝ ਪਾਉਣੀ ਹੈ। ਪਰ ਮੈਂ ਬੇਨਤੀ ਕਰਾਂ, ਕੇਵਲ ਗੁਰੂ ਅਰਜਨ ਨਹੀਂ, ਅਸੀਂ ਗੁਰੂ ਦੇ ਜੀਵਨ ਨਾਲ ਸਾਂਝ ਪਾਉਣੀ ਹੈ, ਗੁਰੂ ਤੋਂ ਸਿੱਖਿਆ ਲੈਣੀ ਹੈ। ਹੁਣ ਗੁਰੂ ਕੀ ਹੈ? ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਬਾਣੀ ਕੀ ਕਹਿੰਦੀ ਹੈ? ਸਿੱਖੀ ਕਿੱਥੋਂ ਆਰੰਭ ਹੋਈ ਹੈ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਉਂ ਹੋਈ ਹੈ? ਮਹਾਰਾਜ ਜੀ ਦਾ ਜੀਵਨ ਕਿਹੜੇ ਪਾਸੇ ਨੂੰ ਸਾਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਹੈ? ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹਾਂਗੇ, ਉਹਦੇ 'ਚੋਂ ਵੈਸੇ ਤਾਂ ਬਹੁਤ ਸਾਰੀਆਂ ਐਸੀਆਂ ਵਿਚਾਰਾਂ ਨੇ ਜਿਹੜੀਆਂ ਬੜੀਆਂ ਖੁੱਲ੍ਹ ਕੇ ਵਿਆਖਿਆ ਵੀ ਕਰਦੀਆਂ ਨੇ ਅਤੇ ਸਾਨੂੰ ਬਹੁਤ ਕੁਝ ਸਮਝਾ ਰਹੀਆਂ ਨੇ। ਪਰ ਮਹਾਰਾਜ ਜੀ ਦੇ ਜੀਵਨ ਦਾ ਇੱਕ ਬਹੁਤ ਪਿਆਰਾ ਗੁਣ ਹੈ, ਉਹ ਹੈ ਰਜ਼ਾ ਭਾਣੇ ਅਤੇ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ। ਪੂਰਾ ਜਦੋਂ ਅਸੀਂ ਜੀਵਨ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਵਿਚਾਰਾਂਗੇ, ਇੱਕ ਗੱਲ ਬੜੀ ਨਿਖੜ ਕੇ ਸਾਹਮਣੇ ਆਉਂਦੀ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਨੂੰ, ਰਜ਼ਾ ਨੂੰ, ਭਾਵੇਂ ਉਹ ਕਿਤਨਾ ਵੀ ਬਿਖਮ ਹੈ, ਕਠਿਨ ਹੈ, ਉਹਨੂੰ ਸੱਤ ਕਰਕੇ ਮੰਨਦੇ ਨੇ। ਉਹਨਾਂ ਨੇ ਕਿਸੇ ਵੀ ਕਿਸਮ ਦਾ ਭਾਣਾ ਵਾਪਰਿਆ, ਕੋਈ ਵੀ ਘਟਨਾ ਘਟੀ, ਪੂਰੀ ਜ਼ਿੰਦਗੀ 43 ਸਾਲ ਦਾ ਜੀਵਨ ਹੈ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਦੀ, ਜਿਹੜੀ ਕੁੱਲ ਆਰਵਲਾ ਹੈ, ਸਰੀਰਕ ਜਾਮੇ ਵਿੱਚ 43 ਸਾਲ ਵਿਚਰੇ। ਇੱਕ ਵੀ ਪਲ, ਇੱਕ ਵੀ ਸਮਾਂ, ਇੱਕ ਵੀ ਖਿਨ, ਇੱਕ ਵੀ ਘੜੀ, ਇੱਕ ਵੀ ਦਿਨ ਐਸਾ ਨਹੀਂ ਆਇਆ ਜਦੋਂ ਮਹਾਰਾਜ ਜੀ ਨੇ ਕਿਤੇ ਜਾ ਕੇ ਮੱਥੇ 'ਤੇ ਸ਼ਿਕਨ ਪਾ ਕੇ ਆਖਿਆ ਵੀ ਹੇ ਰੱਬਾ ਦਾ ਤੂੰ ਕੀ ਕਰ ਦਿੱਤਾ। ਜਦਕਿ ਸਾਡੇ ਜੀਵਨ ਵਿੱਚ ਆਪਾਂ ਜਿੰਨੇ ਸੰਸਾਰੀ ਬੈਠੇ ਹਾਂ, ਬਹੁਤ ਵਾਰੀ ਇਹ ਸਮਾਂ ਆ ਜਾਂਦਾ ਸੀ ਕਹਿੰਦੇ ਹਾਏ ਜੀ ਇਹ ਕਿਉਂ ਹੋ ਗਿਆ, ਹਾਏ ਰੱਬਾ ਇਹ ਕਿਉਂ ਹੋ ਗਿਆ, ਇਹ ਕੀ ਕਰ ਦਿੱਤਾ, ਇਹ ਬੜਾ ਮਾੜਾ ਹੋਇਆ ਜੀ, ਇਹ ਸ਼ਬਦ ਅਸੀਂ ਆਮ ਦੁਹਰਾਉਂਦੇ ਹਾਂ। ਹੁਣ ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਬਈ ਸਿੱਖ ਜੋ ਮਰਜ਼ੀ ਕਰਦਾ ਰਹੇ, ਕਹਿੰਦਾ ਰਹੇ, ਇਹਦੀ ਕਥਨੀ ਅਤੇ ਕਰਨੀ 'ਚ ਅੰਤਰ ਬਹੁਤ ਹੈ। ਜੋ ਗੁਰੂ ਕਹਿ ਰਹੇ ਨੇ ਕਮਾਇਆ ਕੋਈ ਨਹੀਂ ਹੈ। ਇਹਨੂੰ ਸ਼ਬਦ ਵਰਤਦੇ ਅਸੀਂ ਸ਼ਿਕਵਾ, 2-3 ਸ਼ਬਦ ਨੇ ਸ਼ਿਕਵਾ ਜਾਂ ਸ਼ਿਕਾਇਤ। ਸੰਸਾਰੀ ਬੰਦੇ 90% ਇਸ ਅਵਸਥਾ ਵਿੱਚ ਇਹਨਾਂ ਸ਼ਬਦਾਂ ਵਿੱਚ ਜੀਵਨ ਬਤੀਤ ਕਰਦੇ ਨੇ। ਸ਼ਿਕਵੇ ਅਤੇ ਸ਼ਿਕਵਾਇਤ, ਸ਼ਿਕਾਇਤਾਂ ਵਿੱਚ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਮੇਰੇ ਕੋਲ ਘੱਟ ਹੈ ਜੀ, ਉਹਦੇ ਕੋਲ ਵੱਧ ਹੈ ਜੀ, ਮੇਰੇ ਕੋਲ ਥੋੜ੍ਹਾ ਜੀ, ਉਹਦੇ ਕੋਲ ਬਹੁਤ ਹੈ ਜੀ, ਸਾਡੇ ਕੋਲ ਹੈ ਨਹੀਂ ਜੀ, ਉਹਦੇ ਕੋਲ ਹੈ ਜੀ, ਇਹ ਇੱਦਾਂ ਕਿਉਂ ਹੋ ਗਿਆ ਜੀ, ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਸਾਡੇ ਨਾਲ ਹੀ ਕਿਉਂ ਹੁੰਦਾ, ਇਹਨੂੰ ਸ਼ਿਕਾਇਤਾਂ ਕਹਿੰਦੇ ਨੇ। ਤਕਰੀਬਨ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਮੇਰੇ ਸਮੇਤ, ਅਸੀਂ ਇਸ ਜ਼ਿੰਦਗੀ ਦੇ ਇਸ ਪੱਖ ਵਿੱਚੋਂ ਅਸੀਂ ਗੁਜ਼ਰੇ ਹਾਂ। ਅਤੇ ਦੂਜਾ ਜਿਹੜੀ ਅਵਸਥਾ ਹੈ ਉਹ ਹੈ ਸ਼ੁਕਰਾਨੇ ਦੀ। ਔਰ ਜਿੱਥੇ ਸ਼ੁਕਰਾਨਾ ਹੋਏਗਾ ਉੱਥੇ ਸ਼ਿਕਵਾ ਜਾਂ ਸ਼ਿਕਾਇਤ ਕਦੀ ਵੀ ਨਹੀਂ ਹੋ ਸਕਦੀ, ਉੱਥੇ ਕਦੀ ਵੀ ਨਹੀਂ ਹੁੰਦੇ। ਪਰ ਸ਼ੁਕਰਾਨੇ ਤੱਕ ਪਹੁੰਚਣ ਵਾਸਤੇ ਬੜਾ ਲੰਮਾ ਸਮਾਂ ਲੱਗਦਾ, ਬੜੀ ਮਿਹਨਤ ਲੱਗਦੀ ਹੈ, ਔਰ ਸਭ ਕੁਝ ਕਰ ਕਰਾ ਕੇ ਵੀ ਜੇ ਕਿਤੇ ਮਾਲਕ ਦੀ ਕਿਰਪਾ ਨਾ ਹੋਵੇ ਤਾਂ ਵੀ ਬੰਦਾ ਸ਼ੁਕਰਾਨੇ ਤੱਕ ਨਹੀਂ ਪਹੁੰਚ ਸਕਦਾ, ਉੱਥੇ ਫਿਰ ਸਾਨੂੰ ਕਿਰਪਾ ਦੇ ਪਾਤਰ ਬਣਨਾ ਪਏਗਾ। ਹੁਣ ਗੁਰੂ ਅਰਜਨ ਸਾਹਿਬ ਜੀ ਦਾ, ਉਹਨਾਂ ਦਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਖਾਸ ਤੌਰ 'ਤੇ ਜਦੋਂ ਸ਼ਹੀਦੀ ਪੁਰਬ ਆਉਂਦਾ, ਉਹ ਅਸੀਂ 2 ਪੰਕਤੀਆਂ ਆਮ ਹੀ ਗਾਉਂਦੇ ਹਾਂ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤਕਰੀਬਨ ਬੱਚੇ ਬੱਚੇ ਨੂੰ ਯਾਦ ਨੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਉਹਨਾਂ ਦਾ ਜੀਵਨ ਪੜ੍ਹਾਂਗੇ, ਇਹ ਗੱਲ ਉਹਨਾਂ ਨੇ ਕੇਵਲ ਕਹਿ ਕੇ ਨਹੀਂ, ਉਹਨਾਂ ਨੇ ਕਮਾ ਕੇ ਵੀ ਵਿਖਾਈ ਹੈ। ਉਹ ਤੇਰਾ ਕੀਆ ਮਿੱਠਾ ਲਾਗੇ ਜੇ ਗਾਉਂਦੇ ਨੇ, 33 ਤਵੀ 'ਤੇ ਬੈਠ ਕੇ ਉਸਨੂੰ ਕਮਾਉਂਦੇ ਵੀ ਹਨ। ਅਸੀਂ ਕੇਵਲ ਗਾਇਆ ਹੈ ਪਰ ਮਹਾਰਾਜ ਨੇ ਨਾਲ ਕਮਾਇਆ ਵੀ ਹੈ। ਔਰ ਸਿੱਖ ਦਾ ਜੀਵਨ ਉਸ ਦਿਨ ਸਫਲ ਮੰਨਿਆ ਜਾਏਗਾ ਜਿਸ ਦਿਨ ਇਹ ਗਾਏ ਹੋਏ ਨੂੰ ਕਮਾਉਣ ਵਾਲੇ ਪਾਸੇ ਤੁਰ ਪਏਗਾ। ਆਖੋ ਸਤਨਾਮ। ਆਪਾਂ ਸਾਰੇ ਗਾਇਆ ਬਹੁਤ ਹੈ ਜੀ, ਕੋਈ ਸ਼ੱਕ ਨਹੀਂ, ਸਾਡੀ ਕੌਮ ਨੇ ਜਿੰਨਾ ਗਾ ਲਿਆ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਸੇ ਨੇ ਗਾਇਆ ਹੋਏਗਾ, ਬੜਾ ਗਾਇਆ। ਪਰ ਹੁਣ ਕਮੀ ਕਿੱਥੇ ਹੈ, ਘਾਟ ਕਿੱਥੇ, ਉਹ ਕਮਾਈ ਵਿੱਚ ਹੈ। ਕਿਤੇ ਵੀ ਨਜ਼ਰ ਮਾਰ ਕੇ ਵੇਖ ਲਓ। ਹੁਣ ਸਤਿਗੁਰੂ ਅਰਜਨ ਦੇਵ ਮਹਾਰਾਜ ਉਹ ਕਹਿੰਦੇ ਨੇ ਮਿੱਠਾ ਲੱਗਦਾ ਮੈਨੂੰ ਤੇਰਾ ਕੀਤਾ, ਕੀ ਆ ਕੀ ਹੈ, ਕੀ ਇਹਦਾ ਅਰਥ ਕਰਾਂਗੇ ਜੀ, ਰਜ਼ਾ, ਹੁਕਮ ਜਾਂ ਉਹਦਾ ਭਾਣਾ। 3 ਸ਼ਬਦ ਤਕਰੀਬਨ ਗੁਰਬਾਣੀ 'ਚ ਵਾਰ ਵਾਰ ਆਉਣਗੇ। ਰਜ਼ਾਈ ਸ਼ਬਦ ਮਹਾਰਾਜ ਵਰਤਦੇ ਨੇ, ਰਜ਼ਾਈ ਸ਼ਬਦ ਵਰਤਣਗੇ, ਹੁਕਮ ਵਰਤਣਗੇ, ਭਾਣਾ ਸ਼ਬਦ ਵਰਤਣਗੇ। ਇਹ ਮਹਾਰਾਜ ਨੇ 4th ਸ਼ਬਦ ਵਰਤਿਆ, ਕੀਆ ਜਾਂ ਤੇਰਾ ਕੀਤਾ ਹੋਇਆ। ਇਹਦੇ ਵਿੱਚ ਇੱਕ ਭਾਵ ਹੈ, ਗੁਰੂ ਨਾਨਕ ਸਾਹਿਬ ਜੀ ਨੇ, ਕਿਉਂਕਿ ਆਪਾਂ, ਮੈਂ ਇਹ ਬੇਨਤੀ ਕਰਦਾ ਵੀ ਅਸੀਂ ਗੁਰਮਤ ਦਾ ਸਿਧਾਂਤ ਜਾਂ ਪੈਗਾਮ ਸਮਝਣਾ ਹੈ, ਗੁਰਮਤ ਨੂੰ ਸਮਝਾਉਣ ਲਈ ਨਾ ਗੁਰੂ ਨਾਨਕ ਸਾਹਿਬ ਜੀ ਨੂੰ 10 ਜਾਮੇ ਧਾਰਨ ਕਰਨੇ ਪਏ ਨੇ।
ਇੱਕ ਜਾਮੇ 'ਚ ਸਮਝ ਨਹੀਂ ਸੀ ਆ ਸਕਦੀ ਕਿਉਂਕਿ ਸਾਡੀ ਮਨੁੱਖਤਾ ਦੀ ਤਾਣੀ ਉਲਝੀ ਬਹੁਤ ਹੋਈ ਸੀ, ਬਹੁਤ ਅਗਿਆਨ ਵਿੱਚ ਅਸੀਂ ਚਲੇ ਗਏ ਸਾਂ, ਬੜੀ ਡੂੰਘੀ ਖੱਡ ਵਿੱਚ ਗਿਰ ਚੁੱਕੇ ਸਾਂ, ਬਹੁਤ ਜ਼ਿਆਦਾ ਅੰਧਕਾਰ ਸਾਡੇ ਵਿੱਚ ਛਾਇਆ। ਮਹਾਰਾਜ ਨੇ 10 ਜਾਮੇ ਲਾਏ ਨੇ, ਇੰਨਾ ਸਮਾਂ ਲੱਗਿਆ 230 ਸਾਲ। ਹੁਣ ਮੇਰੇ ਵਰਗਾ ਬੰਦਾ ਅੱਧੇ ਘੰਟੇ 'ਚ ਇੱਕ ਘੰਟੇ 'ਚ ਕੀ ਸਮਝਾ ਦੇ, ਸਮੱਸਿਆ ਪੈਦਾ ਹੋ ਜਾਏਗੀ ਨਾ। ਤਾਂ ਮੈਂ ਤਾਂ ਬੇਨਤੀ ਕਰਦਾ ਵੀ ਸੀ ਇਹ ਸਮਝਣ ਵੀ ਗੁਰਮਤ ਕੀ ਕਹਿੰਦੀ ਹੈ, ਸਿੱਖ ਕਿਵੇਂ ਉਸ ਅਵਸਥਾ 'ਚ ਪਹੁੰਚ ਸਕਦੇ ਜਿੱਥੇ ਮਹਾਰਾਜ ਬੈਠੇ ਨੇ, ਸਿੱਖ ਕਿਵੇਂ ਸ਼ਿਕਵਿਆਂ ਤੋਂ ਸ਼ਿਕਾਇਤਾਂ ਤੋਂ ਸ਼ੁਕਰ ਤੱਕ ਪਹੁੰਚੇ, ਸਿੱਖ ਕਿਵੇਂ ਆਪਣੇ ਮਨ ਦੀ ਅਵਸਥਾ ਦੁੱਖ ਅਤੇ ਸੁੱਖ ਦੀ ਸਮਾਨ ਜਾਣਿਆ, ਸਿੱਖ ਦੇ ਅੰਤਰ ਆਤਮਾ ਦੇ ਵਿੱਚ ਕਿਵੇਂ ਮਾਲਕ ਦੀ ਹਰ ਇੱਕ ਰਜ਼ਾ ਦੇ ਭਾਣੇ ਨੂੰ ਮਿੱਠਾ ਕਰਨ ਦੀ ਭਾਵਨਾ ਬਣ ਜਾਏ। ਬਸ ਅਸੀਂ ਇਸੇ ਚੀਜ਼ ਨੂੰ ਸਮਝ ਲੈਣਾ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਜਪਜੀ ਸਾਹਿਬ ਦੀ ਸਾਨੂੰ ਬਾਣੀ ਦਿੱਤੀ ਉਹਦੇ ਆਰੰਭ ਵਿੱਚ ਹੀ ਮਹਾਰਾਜ ਨੇ ਸਾਨੂੰ ਪਾਠ ਪੜਾ ਦਿੱਤਾ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਚੱਲੈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਬਸ ਆ ਹੁਕਮ ਜਿਹਨੇ ਬੁੱਝ ਲਿਆ, ਮਹਾਰਾਜ ਕਹਿੰਦੇ ਹਉਮੈ ਮਿਟ ਗਈ। ਜਿਹਨਾਂ ਦੀ ਹਉਮੈ ਮਿਟ ਜਾਂਦੀ ਹੈ ਸੱਚ ਜਾਣਦਾ ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ, ਇਹੀ ਮਿਟਾਉਣੀ ਕਠਿਨ ਹੈ। ਮਨੁੱਖ ਦੀ ਲੜਾਈ ਕਿਹਦੇ ਨਾਲ ਹੈ ਜੀ, ਤੁਸੀਂ ਕਦੀ ਸੋਚ ਕੇ ਵੇਖਿਆ ਗਹਿਰਾਈ ਤੱਕ ਸਾਡੀ ਲੜਾਈ ਕਿਹਦੇ ਨਾਲ ਹੈ? ਹੁਣ ਜੇ ਅਸੀਂ ਇਹਨੂੰ ਬਾਹਰੀ ਤੌਰ 'ਤੇ ਵੇਖਾਂਗੇ, ਕੋਈ ਕਹੇਗਾ ਜੀ ਮੇਰੀ ਲੜਾਈ ਆਂਢੀਓ ਗੁਆਂਢੀਆਂ ਨਾਲ ਹੈ, ਮੇਰੇ ਦੁਸ਼ਮਣਾਂ ਨਾਲ ਹੈ, ਸਮਾਜ ਨਾਲ ਹੈ, ਬੁਰਾਈਆਂ ਨਾਲ ਹੈ। ਨਹੀਂ, ਸਭ ਤੋਂ ਵੱਡੀ ਅਤੇ ਖਤਰਨਾਕ ਲੜਾਈ ਮਨੁੱਖ ਦੀ ਖੁਦ ਆਪਣੇ ਨਾਲ ਹੈ, ਆਪਣੇ ਮਨ ਨਾਲ ਹੈ, ਆਪਣੀ ਹਉਮੈ ਨਾਲ ਹੈ। ਦੂਜੇ ਨਾਲ ਲੜਨਾ, ਦੂਜੇ ਨੂੰ ਜਿੱਤਣਾ ਬੜਾ ਸੌਖਾ ਹੈ। ਆਪਣੇ ਆਪ ਨੂੰ ਜਿੱਤਣਾ, ਆਪਣੇ ਆਪ ਨਾਲ ਲੜਨਾ ਅਤੇ ਆਪਣੇ ਆਪ ਨੂੰ ਮਾਰਨਾ, ਇਹ ਬਹੁਤ ਔਖਾ ਹੈ। ਇਸੇ ਨੂੰ ਕਿਹਾ ਮਨ ਜੀਤੇ ਜਗ ਜੀਤ, ਕਹਿੰਦੇ ਮਨ ਜਿੱਤ ਲੈ ਜਗ ਜਿੱਤਣ ਵਾਲੇ ਪਾਸੇ ਬਾਅਦ ਤੁਰੇ। ਅਤੇ ਸਾਡਾ ਸੰਸਾਰ ਸੰਸਾਰ ਨੂੰ ਜਿੱਤਣ ਵਾਲੇ ਪਾਸੇ, ਜਗਤ ਜਿੱਤਣ ਵਾਲੇ ਪਾਸੇ ਤੁਰਦਾ, ਮਨ ਵਾਲੇ ਪਾਸੇ ਕੋਈ ਵੀ ਨਹੀਂ ਤੁਰਦਾ। ਗੁਰੂ ਮਿਹਰ ਕਰੇ ਕਿ ਤੁਸੀਂ ਇੱਧਰ ਨੂੰ ਤੁਰ ਪਈਏ। ਸਤਿਗੁਰੂ ਨੇ ਹੁਕਮ ਦਾ ਪਾਠ ਪੜਾਇਆ, ਇਸ ਹੁਕਮ ਨੂੰ ਸਭ ਤੋਂ ਪਹਿਲਾਂ ਕਮਾ ਕੇ ਜਿਹਨਾਂ ਨੇ ਵਿਖਾਇਆ ਉਹ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਹਨ, ਜਿਹਨਾਂ ਨੇ ਲਹਿਣਾ ਜੀ ਦੇ ਰੂਪ ਦੇ ਵਿੱਚ ਹੁਕਮ ਦਾ ਹੀ ਪਾਠ ਕਮਾਇਆ ਅਤੇ ਪੜਾਇਆ। ਸਮਝਿਆ ਇਸ ਨੂੰ। ਹੁਣ ਪੰਜਵੇਂ ਪਾਤਸ਼ਾਹ ਦਾ ਜੀਵਨ 1563 ਸਨ ਤੋਂ ਸ਼ੁਰੂ ਹੁੰਦਾ ਹੈ। ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ 3 ਸੰਤਾਨਾਂ ਦਾ, 3 ਸਪੁੱਤਰਾਂ ਦਾ ਪ੍ਰਕਾਸ਼ ਅਤੇ ਜਨਮ ਹੁੰਦਾ ਹੈ। ਵੱਡੇ ਹਨ ਬਾਬਾ ਪ੍ਰਿਥੀ ਚੰਦ ਜੀ, 1557 ਈਸਵੀ 'ਚ ਇਹਨਾਂ ਦਾ ਜਨਮ ਹੁੰਦਾ ਹੈ। ਦੂਸਰੇ ਨੰਬਰ 'ਤੇ ਹਨ ਬਾਬਾ ਮਹਾਂਦੇਵ ਜੀ, ਇਹਨਾਂ ਦਾ ਜਨਮ 1560 ਦਾ ਹੈ। ਅਤੇ ਤੀਸਰੇ ਅਤੇ ਤਿੰਨਾਂ ਵਿੱਚੋਂ ਛੋਟੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਇਹਨਾਂ ਦਾ ਪ੍ਰਕਾਸ਼ 15 ਅਪ੍ਰੈਲ 1563 ਨੂੰ ਗੋਇੰਦਵਾਲ ਦੀ ਧਰਤੀ 'ਤੇ ਪਿਤਾ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਉਦਰ ਤੋਂ ਹੁੰਦਾ ਹੈ। ਗੋਇੰਦਵਾਲ ਦੀ ਧਰਤੀ ਉਹ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਟਿਕੇ ਹੋਏ ਨੇ। ਅਤੇ ਗੁਰੂ ਅਮਰਦਾਸ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਹਨ। ਜਿਸ ਵਕਤ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇਹ ਖਬਰ ਗੁਰੂ ਅਮਰਦਾਸ ਮਹਾਰਾਜ ਤੱਕ ਪਹੁੰਚੀ, ਸਤਿਗੁਰੂ ਨੇ ਪਹਿਲੇ ਦੀਦਾਰ ਕੀਤੇ ਔਰ ਸੱਚ ਜਾਣਦਾ ਮਹਾਰਾਜ ਨੇ ਬਹੁਤ ਪਿਆਰੇ ਬਚਨ ਆਖੇ ਸਨ। ਕਹਿਣ ਲੱਗੇ ਵੱਡੀ ਵਸਤੂ ਦਾ ਗਾਹਕ ਆ ਗਿਆ ਹੈ, ਵੱਡੀ ਵਸਤੂ ਦਾ ਗਾਹਕ ਆਇਆ। ਵੱਡੀ ਵਸਤੂ ਹੈ ਨਾਮ, ਵੱਡੀ ਵਸਤੂ ਹੈ ਗੁਰਬਾਣੀ, ਅਤੇ ਇਹਦਾ ਗਾਹਕ ਪੂਰੇ ਸੰਸਾਰ 'ਚ ਕੋਈ ਵਿਰਲਾ ਹੁੰਦਾ ਹੈ। ਗਾਹਕ ਨਹੀਂ ਹਾਂ, ਜਿਵੇਂ ਦੇਖੋ ਜੀ ਤੁਸੀਂ ਕਿਤੇ ਮੇਲਾ ਲੱਗਿਆ ਹੋਵੇ ਨਾ, ਜਾਂ ਮਹਿੰਗੀਆਂ ਅਸਥਾਨਾਂ 'ਤੇ ਚਲੇ ਜਾਓ, ਵੱਡੇ ਮੌਲਾਂ 'ਚ ਚਲੇ ਜਾਓ, ਉੱਥੇ  95% ਲੋਕ ਕੇਵਲ ਦੇਖਣ ਵਾਲੇ ਹੁੰਦੇ ਨੇ, ਖਰੀਦਦਾਰੀ ਕਰਨ ਵਾਲੇ 2-4% ਲੋਕ ਹੁੰਦੇ ਨੇ। ਬਾਕੀ ਆਪਾਂ ਦੇਖਦੇ ਹਾਂ ਅਕਸਰ ਵੀ ਚਲੋ ਫਲਾਣੀ ਥਾਂ 'ਤੇ ਬਹੁਤ ਵੱਡਾ ਮੇਲਾ ਲੱਗਿਆ, ਚਲੋ ਉੱਥੇ ਦੇਖ ਕੇ ਆਈਏ। ਮਹਾਰਾਜ ਕਹਿੰਦੇ ਜਿਹੜਾ ਇਹਦਾ ਸੱਚ ਦਾ ਵਪਾਰੀ ਹੈ ਉਹ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੈ। ਉਹਨਾਂ ਕਰੋੜਾਂ ਇਸ ਨਾਮ ਦੇ ਵਣਜ ਨੂੰ ਕਮਾਉਣ ਵਾਸਤੇ, ਵਿਹਾਜਣ ਵਾਸਤੇ ਅਤੇ ਸੰਸਾਰ ਵਿੱਚ ਵੰਡਣ ਵਾਸਤੇ ਆਏ। ਕਹਿੰਦੇ ਨੇ ਹਰੇਕ ਜੀਵ ਜਿਹੜਾ ਸੰਸਾਰ 'ਚ ਸਰੀਰਕ ਜਾਮਾ ਲੈ ਕੇ ਆਇਆ, ਬਚਪਨ ਤੋਂ ਉਹਦੇ ਚਿਹਨ, ਉਹਦੇ ਲੱਛਣ ਅਤੇ ਉਹਦੇ ਕੁਝ ਕਰਮ ਉਹਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾ ਦਿੰਦੇ ਨੇ। ਕੁਝ ਘਟਨਾਵਾਂ ਬਚਪਨ ਦੀਆਂ ਵਾਪਰੀਆਂ, ਕਿਉਂਕਿ ਸਮਾਂ ਸੀਮਤ ਹੈ, ਮੈਂ ਬਹੁਤਾ ਉਸ ਪਾਸੇ ਨਹੀਂ ਜਾਣਾ, ਜਿਨ੍ਹਾਂ ਨੂੰ ਦੇਖ ਕੇ ਮਹਾਰਾਜ ਜੀ ਨੇ ਬਚਨ ਕਰਨੇ ਪੈ ਗਏ ਕਿ ਬੇਸ਼ੱਕ ਇਸ ਘਰ ਵਿੱਚ 2 ਵੱਡੇ ਪੁੱਤਰ ਜਾਂ ਗੁਰੂ ਅਰਜਨ ਦੇਵ ਦੇ ਭਰਾ ਵੀ ਹਨ, ਪਰ ਜਿਸ ਸ਼ਿੱਦਤ, ਜਿਸ ਦ੍ਰਿੜਤਾ, ਜਿਸ ਸਾਹਸ, ਜਿਸ ਸਹਿਜ, ਜਿਸ ਆਨੰਦ ਦੇ ਮਾਲਕ ਗੁਰੂ ਅਰਜਨ ਦੇਵ ਜੀ ਹਨ, ਉਹ 2 ਵੱਡੇ ਨਹੀਂ ਬਣ ਸਕਦੇ। ਇਹ ਬਚਪਨ ਦੇ ਵਿੱਚ ਹੀ ਬਚਨ ਹੋ ਗਏ ਸਨ। ਜੀਵਨ ਅਗਾਂਹ ਤੁਰਿਆ,
11 ਕੁ ਸਾਲ ਦੀ ਅਰਬਲਾ ਤੱਕ ਪਹੁੰਚੇ ਪਿਤਾ ਪੁਰਖੀ ਦੇਖ ਰਹੇ ਖੇਡ ਜੋ ਵੀ ਉਸ ਸਮੇਂ ਦੀ ਤਾਲੀਮ ਹੈ ਵਿੱਦਿਆ ਹੈ ਉਹ ਸਾਰੀ ਦਿੱਤੀ ਗਈ। ਬਾਬਾ ਬੁੱਢਾ ਜੀ ਵਰਗੀ ਸ਼ਖਸੀਅਤ ਨੇ ਆਪਣੇ ਜੀਵਨ ਦੇ ਗੁਣਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨਾਲ ਸਾਂਝਿਆਂ ਕੀਤਾ। ਸਤਿਗੁਰੂ ਦੇ ਜੀਵਨ ਦੀ ਸਭ ਤੋਂ ਪਹਿਲੀ ਪ੍ਰੀਖਿਆ ਜਿਹੜੀ ਪਈ ਹੈ ਉਹ ਇਹ ਸੀ ਵੀ ਤੁਸੀਂ ਲਾਹੌਰ ਵੱਲ ਜਾਣਾ ਹੈ। ਹੁਣ ਇਹਦੇ ਵਿੱਚ ਕੀ ਹੈ, ਪ੍ਰੀਖਿਆ ਦੇ ਨਾਲ ਮੈਂ ਫੇਰ ਸ਼ਬਦ ਜੋੜਦੇ ਹਾਂ, ਸਭ ਤੋਂ ਪਹਿਲੀ ਪ੍ਰੀਖਿਆ ਸੀ ਵੀ ਤੁਸੀਂ ਹੁਕਮ ਨੂੰ ਸੱਤ ਕਰਕੇ ਮੰਨਣਾ ਅਤੇ ਤੁਸੀਂ ਲਾਹੌਰ ਜਾ ਸਕਦੇ ਹੋ, ਲਾਹੌਰ ਕਿਉਂ ਜਾਣਾ। ਔਰ ਮਹਾਰਾਜ ਜੀ ਦਾ ਜਿਹੜਾ ਜੀਵਨ ਸ਼ੁਰੂ ਹੁੰਦਾ ਨਾ ਹੁਕਮ ਮੰਨਣ ਦਾ, ਲਾਹੌਰ ਤੋਂ ਸ਼ੁਰੂ ਹੁੰਦਾ ਅਤੇ ਲਾਹੌਰ 'ਤੇ ਹੀ ਖਤਮ ਹੋ ਜਾਂਦਾ ਹੈ। ਭਾਣੇ ਮੰਨਣ ਦੀ ਜਿਹੜੀ ਉਹਨਾਂ ਦੇ ਜੀਵਨ ਵਿੱਚ ਸਤਿਗੁਰੂ 'ਤੇ ਜਿਹੜੀ ਭਾਣੇ ਮੰਨਣ ਦੀ ਖੇਡ ਸ਼ੁਰੂ ਹੁੰਦੀ ਹੈ ਲਾਹੌਰ ਜਾਣ ਤੋਂ ਸ਼ੁਰੂ ਹੁੰਦੀ ਹੈ ਅਤੇ ਅੰਤਲੇ ਸਮੇਂ ਲਾਹੌਰ 'ਤੇ ਜਾ ਕੇ ਖਤਮ ਹੋ ਜਾਂਦੀ ਹੈ। ਇੰਝ ਕਹਿ ਲਓ ਵੀ ਉਹਨਾਂ ਦਾ ਜੀਵਨ ਲਾਹੌਰ ਤੋਂ ਲਾਹੌਰ ਤੱਕ ਦਾ ਸਫ਼ਰ ਹੈ। ਸਬੱਬ ਕੀ ਬਣਿਆ, ਗੁਰੂ ਰਾਮਦਾਸ ਪਿਤਾ ਜੀ ਦੇ ਭਰਾ ਨੇ ਸਿਹਾਰੀ ਮੱਲ ਜੀ, ਉਹਨਾਂ ਦੇ ਸਪੁੱਤਰ ਦੀ ਸ਼ਾਦੀ ਹੈ ਅਤੇ ਉਸ ਸਮੇਂ ਇਹ ਉਹ ਸਮਾਂ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ। ਸਿੱਖ ਸੰਗਤ ਦੀ ਬਹੁਤ ਜ਼ਿਆਦਾ ਆਵਾਜਾਈ ਹੈ, ਬੜਾ ਉੱਥੇ ਮਾਣ ਸਨਮਾਨ ਹੈ, ਸੰਗਤਾਂ ਆ ਰਹੀਆਂ ਨੇ ਅਤੇ ਦਰਬਾਰ ਆਨੰਦ ਜਿਹੜੀ ਅੰਮ੍ਰਿਤਸਰ ਦੀ ਨਗਰੀ ਹੈ ਉਹਦੀ ਵੀ ਵਸੇਬਾ ਸ਼ੁਰੂ ਹੋ ਗਿਆ। ਸਿਹਾਰੀ ਮੱਲ ਜੀ ਨੇ ਆ ਕੇ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਨੇ ਵੀ ਤੁਸੀਂ ਚੱਲੋ। ਮਹਾਰਾਜ ਨੇ ਕਿਹਾ ਵੀ ਨਹੀਂ, ਸਾਡਾ ਜਾਣਾ ਠੀਕ ਨਹੀਂ ਰਹੇਗਾ, ਤੁਹਾਡੇ ਘਰ ਵਿਆਹ ਦਾ ਕਾਰਜ ਹੈ, ਬਹੁਤ ਸੰਗਤ ਆਈ ਹੋਏਗੀ, ਸਾਡੇ ਜਾਣ ਨਾਲ ਖੇਚਲ ਹੋਰ ਵੱਧ ਜਾਏਗੀ ਅਤੇ ਦੂਜੀ ਗੱਲ ਇੱਥੇ ਕੁਝ ਕਾਰਜ ਸ਼ੁਰੂ ਕੀਤੇ ਨੇ ਜਿਨ੍ਹਾਂ ਵਾਸਤੇ ਸਾਡਾ ਰਹਿਣਾ ਜ਼ਰੂਰੀ ਹੈ। ਉਹ ਕਹਿਣ ਲੱਗੇ ਫਿਰ ਕੋਈ ਨਹੀਂ, ਜਿਵੇਂ ਆਪਾਂ ਦੇਖਦੇ ਹਾਂ ਵੀ ਘਰ ਦਾ ਕੋਈ ਮੈਂਬਰ ਭੇਜ ਦਿਓ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਅਸੀਂ ਆਪਣੇ ਪੁੱਤਰਾਂ ਨੂੰ ਭੇਜ ਦਿੰਦੇ ਹਾਂ। ਸਭ ਤੋਂ ਪਹਿਲਾਂ ਬਾਬਾ ਪ੍ਰਿਥੀ ਚੰਦ, ਦੇਖੋ ਜੀ ਹੁਕਮ ਮੰਨਣਾ ਸੁਣਦੇ ਆਪਾਂ ਬਹੁਤ ਹਾਂ ਰੋਜ਼, ਇਹ ਸਾਨੂੰ ਵੀ ਪਤਾ ਵੀ ਅਸੀਂ ਸ਼ਬਦ ਸੁਣਨ 'ਚ, ਬਾਣੀ ਸੁਣਨ 'ਚ, ਗੱਲਾਂ ਕਥਾ ਕਹਾਣੀਆਂ ਸੁਣਨ 'ਚ ਕੋਈ ਪਿੱਛੇ ਨਹੀਂ, ਬੜਾ ਸੁਣਿਆ ਆਪਾਂ ਨੇ, ਪਰ ਸਵਾਲ ਇਹ ਹੈ ਵੀ ਉਹ ਮੰਨ ਕੇ ਕਮਾਇਆ ਕਿੰਨਾ ਹੈ। ਆਨੰਦ ਦੀ ਖੇਡ ਉਸ ਦਿਨ ਸ਼ੁਰੂ ਹੋਏਗੀ ਜਿਸ ਦਿਨ ਕਮਾਉਣ ਵਾਲੇ ਪਾਸੇ ਤੁਰੋਗੇ। ਵੱਡੇ ਪ੍ਰਿਥੀ ਚੰਦ ਜੀ ਹਨ, ਸਭ ਤੋਂ ਪਹਿਲੀ ਆਵਾਜ਼ ਬਾਬਾ ਪ੍ਰਿਥੀ ਚੰਦ ਨੂੰ ਪਈ ਵੀ ਬੇਟਾ ਇਸ ਜ਼ਿੰਮੇਵਾਰੀ ਨੂੰ ਤੁਸੀਂ ਚੁੱਕੋ, ਤੁਸੀਂ ਲਾਹੌਰ ਦੀ ਧਰਤੀ 'ਤੇ ਚਲੇ ਜਾਓ। ਹੁਣ ਪ੍ਰਿਥੀ ਚੰਦ ਜਿਨ੍ਹਾਂ ਕੋਲ ਉਸ ਵਕਤ ਗੁਰੂ ਘਰ ਦੀ ਸੇਵਾ ਸੰਭਾਲ ਹੈ, ਔਰ ਮੈਂ ਬੇਨਤੀ ਕਰਾਂ ਇਤਿਹਾਸ ਦੀਆਂ ਬਹੁਤੀਆਂ ਘਟਨਾਵਾਂ ਤੋਂ ਤਕਰੀਬਨ ਆਪਾਂ ਸਾਰੇ ਜਾਣੂ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਬਹੁਤ ਜਾਣੂ ਹਾਂ ਆਪਾਂ। ਮੈਂ ਇਸ ਕਰਕੇ ਸੰਖੇਪ ਮਾਤਰ ਇਸ਼ਾਰਾ ਕਰਾਂਗਾ, ਤੁਸੀਂ ਇਹ ਨਾ ਸੋਚਣਾ ਵੀ ਉਹ ਸਾਖੀ ਨਹੀਂ ਸੁਣਾਈ, ਉਹ ਨਹੀਂ ਸੁਣਾਈ, ਜੇ ਸਾਖੀ ਸਾਨੂੰ ਆਉਂਦੀ ਹੈ ਫਿਰ ਸੁਣਨ ਦੀ ਲੋੜ ਵੀ ਕਈ ਨਹੀਂ, ਗੱਲ ਹੈ ਵੀ ਅਸੀਂ ਸਿੱਖਿਆ ਕੇ ਲੈਣੀ ਹੈ। ਸਿਹਾਰੀ ਮੱਲ ਜੀ ਅੱਗੇ ਸਵਾਲ ਆ ਗਿਆ ਵੀ ਜਾਣਾ ਵੀ ਇਨਕਾਰੀ ਹੋ ਗਿਆ, ਕਹਿੰਦੇ ਮੈਂ ਨਹੀਂ ਜਾਵਾਂਗਾ। ਕਿਉਂ ਨਹੀਂ ਜਾਵਾਂਗਾ, ਇਹਦਾ ਕਾਰਨ ਹੈ ਜਿਹੜੀ ਮੈਂ ਆਰੰਭ 'ਚ ਬੇਨਤੀ ਕੀਤੀ ਵੀ ਮਨੁੱਖ ਦੀ ਲੜਾਈ ਹਉਮੈ ਨਾਲ ਹੈ, ਬੰਦਾ ਲੜ ਨਹੀਂ ਪਾ ਰਿਹਾ, ਆਪਣੇ ਆਪ ਤੋਂ ਬੰਦਾ ਹਾਰਦਾ ਜਦੋਂ ਹਾਰਦਾ। ਕਹਿਣ ਲੱਗੇ ਪਿਤਾ ਜੀ ਜੇ ਮੈਂ ਚਲਾ ਗਿਆ ਨਾ, ਮੇਰੇ ਜਾਣ ਨਾਲ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਪੁੱਛਿਆ ਕਿਉਂ, ਕਹਿੰਦੇ ਕਿਉਂਕਿ ਸਾਰਾ ਕਾਰ ਵਿਹਾਰ, ਸਾਰੀ ਦੇਖ ਰੇਖ, ਸਾਰੀ ਜ਼ਿੰਮੇਵਾਰੀ, ਸਾਰੀ ਸੇਵਾ, ਸਾਰਾ ਕੁਝ ਤਾਂ ਮੇਰੇ ਕੋਲ ਹੈ, ਪ੍ਰਬੰਧ ਮੈਂ ਚਲਾ ਰਿਹਾ, ਜੇ ਮੈਂ ਹੀ ਚਲਾ ਗਿਆ ਪਿੱਛੇ ਦੇਖ ਰੇਖ ਕੌਣ ਕਰੇਗਾ। ਹੁਣ ਖਿਮਾ ਸ਼ਾਇਦ ਬੇਨਤੀ ਕਰਾਂ, ਇਹ ਸਮੱਸਿਆ ਸਾਡੇ ਵਰਗੇ ਬਹੁਤੇ ਲੋਕਾਂ ਦੀ ਵੀ ਹੈ, ਸਾਡੀ ਕੌਮ 'ਚ ਐਸੀ ਸਮੱਸਿਆ ਦੇ ਜਾਂ ਐਸੀ ਬਿਮਾਰੀ ਦੇ ਬਹੁਤ ਰੋਗੀ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਮੈਂ ਨਾ ਹੋਵਾਂ ਤਾਂ ਗੁਰੂ ਕਰਕੇ ਮੈਂ ਚੱਲੇ, ਆਖੋ ਸਤਨਾਮ ਨਹੀਂ ਚੱਲ ਸਕਦਾ। ਲੋਕ ਨੇ ਬੜੇ ਹਜ਼ਾਰਾਂ ਬੰਦੇ, ਲੱਖਾਂ ਬੰਦੇ, ਕਰੋੜਾਂ ਬੰਦੇ ਐਸੇ ਵੇਖੇ ਗਏ ਨੇ ਜਿਹੜੇ ਕਹਿੰਦੇ ਜੀ ਸਾਡੇ ਤੋਂ ਬਿਨਾਂ ਪਰਿਵਾਰ ਨਹੀਂ ਚੱਲੇਗਾ, ਸਾਡੇ ਤੋਂ ਬਿਨਾਂ ਕਾਰੋਬਾਰ ਨਹੀਂ ਚੱਲੇਗਾ, ਸਾਡੇ ਤੋਂ ਬਿਨਾਂ ਸੰਸਾਰ ਨਹੀਂ ਚੱਲੇਗਾ। ਵੱਡੇ ਵੱਡੇ ਰਾਜੇ ਦਾਅਵੇ ਕਰਦੇ ਚਲੇ ਗਏ ਅਤੇ ਕਿਸੇ ਸਿਆਣੇ ਨੇ ਆਖਿਆ ਸੀ ਜਦੋਂ ਕੋਈ ਮਨੁੱਖ ਇਹ ਦਾਅਵਾ ਕਰੇ ਮੇਰੇ ਤੋਂ ਬਿਨਾਂ ਪਰਿਵਾਰ, ਕਾਰੋਬਾਰ, ਸੰਸਾਰ, ਦੁਨੀਆ ਨਹੀਂ ਚੱਲ ਸਕਦੀ, ਕਹਿੰਦੇ ਉਹਨੂੰ ਸ਼ਮਸ਼ਾਨ ਘਾਟ ਲੈ ਜਾਓ, ਕਬਰਸਤਾਨ ਲੈ ਜਾਓ। ਲੱਖਾਂ ਲੋਕ ਉਹ ਦਫਨ ਨੇ ਜਿਹੜੇ ਕਹਿੰਦੇ ਸੀ ਸਾਡੇ ਤੋਂ ਬਿਨਾਂ ਸੰਸਾਰ ਨਹੀਂ ਚੱਲੇਗਾ, ਉਹ ਦਫਨ ਹੋ ਕੇ ਸੰਸਾਰ ਫਿਰ ਚੱਲ ਰਿਹਾ, ਸੰਸਾਰ ਨਹੀਂ ਰੁਕੇਗਾ। ਕਿਉਂ, ਇਹਨੂੰ ਚਲਾਉਣ ਵਾਲਾ ਉੱਪਰ ਬੈਠਾ ਹੈ, ਜਿਹਨੇ ਬਣਾਇਆ ਚਲਾਏਗਾ ਵੀ ਉਹ, ਸਾਡੀ ਕੀ ਸਮਰੱਥਾ, ਸਾਡੇ ਤੋਂ ਆਪਣੀ ਜ਼ਿੰਦਗੀ ਨਹੀਂ ਚੱਲ ਰਹੀ ਸੀ, ਸੰਸਾਰ ਕੀ ਚਲਾਉਣਾ ਹੈ, ਗੁਰੂ ਮਿਹਰ ਕਰੇ। ਮੈਂ ਬੇਨਤੀ ਤਾਂ ਕੀਤੀ ਕਿਤੇ ਸਾਡੇ ਮਨ 'ਚ ਗੁਰੂ ਮਿਹਰ ਕਰੇ ਵੀ ਇਹ ਖਿਆਲ ਨਾ ਆ ਜਾਏ ਵੀ ਮੈਂ ਸੇਵਾ ਕਰਦਾ ਜੀ ਤਾਂ ਹੁੰਦਾ, ਮੇਰੇ ਵਰਗਾ ਬੰਦਾ ਬੋਲੇ ਮੈਂ ਕਥਾ ਕਰਦਾ ਤਾਂ ਹੁੰਦੀ ਹੈ, ਮੈਂ ਕੀਰਤਨ ਕਰਦਾ ਤਾਂ ਹੁੰਦੀ ਹੈ, ਮੈਂ ਸੇਵਾ ਕੀਤੀ ਤਾਂ ਹੋਈ ਹੈ, ਨਹੀਂ। ਆ ਪਿੱਛੇ ਜੀ ਇੱਕ ਗੱਲ ਬੜੀ ਮਸ਼ਹੂਰ ਸੀ ਵੀ ਸੇਵਾ ਉਹ ਚੀਜ਼ ਹੈ, ਕਰੋ ਤਾਂ ਮੁੱਕਦੀ ਨਹੀਂ, ਨਾ ਕਰੋ ਤਾਂ ਰੁਕਦੀ ਕੋਈ ਨਹੀਂ, ਬਾਕੀ ਸਾਡੇ ਮਨਾਂ ਦੇ ਭੁਲੇਖੇ ਹੀ ਨਹੀਂ, ਹੋਰ ਕੁਝ ਵੀ ਨਹੀਂ ਹੈ। ਹਾਂ, ਇਹ ਵੱਡੇ ਭਾਗ ਨੇ, ਕਿਸੇ ਨੂੰ ਸੇਵਾ ਮਿਲੀ ਹੈ ਉਹ ਕਰ ਰਿਹਾ, ਉਹਨੂੰ ਸ਼ੁਕਰ ਕਰਨਾ ਚਾਹੀਦਾ, ਮਹਾਰਾਜ ਤੇਰਾ ਮੈਂ ਕੋਟ ਕੋਟ ਸ਼ੁਕਰ ਕਰਾਂ, ਬੇਅੰਤ ਬੇਅੰਤ ਸ਼ੁਕਰ ਕਰਾਂ ਕਿ ਇਸ ਸੇਵਾ ਵਾਸਤੇ ਪੂਰੇ ਸ਼ਹਿਰ 'ਚੋਂ, ਨਗਰ 'ਚੋਂ, ਇਲਾਕੇ 'ਚੋਂ ਤੂੰ ਮੈਨੂੰ ਚੁਣ ਲਿਆ ਹੈ। ਸ਼ੁਕਰ ਕੀਤਾ ਜਾ ਸਕਦਾ,
ਪਰ ਪ੍ਰਿਥੀ ਚੰਦ ਜੀ ਇਸ ਖੇਡ ਤੋਂ ਵਾਂਝੇ ਰਹਿ ਗਏ। ਹਉਮੈ ਆ ਗਈ ਨਾ, ਕਿਉਂਕਿ ਹੁਕਮ ਦੀ ਰਜ਼ਾ ਅਤੇ ਭਾਣੇ ਦੀ ਸਮਝ ਨਹੀਂ। ਜੇ ਇਹ ਸਮਝ ਲੈਂਦੇ ਮਾਲਕ ਨੇ ਮਿਹਰ ਕਰਕੇ ਮੈਨੂੰ ਲਾਇਆ ਤਾਂ ਚਲੇ ਜਾਂਦੇ, ਪਰ ਕਹਿੰਦੇ ਨਹੀਂ ਮੈਂ ਕਰਦਾ, ਜੇ ਮੈਂ ਨਾ ਹੋਇਆ ਤਾਂ ਕੌਣ ਸਾਂਭੇਗਾ, ਸਮੱਸਿਆ ਪੈਦਾ ਹੋ ਗਈ। ਹੁਣ ਦੂਜੇ ਹਨ ਬਾਬਾ ਮਹਾਂਦੇਵ ਜੀ। ਮਹਾਂਦੇਵ ਜੀ ਦਾ ਜੀਵਨ ਕੀ ਹੈ? ਜਿਹੜੇ ਮਹਾਂਦੇਵ ਜੀ ਨੇ ਉਹਨਾਂ ਬਾਰੇ ਇਹ ਵਿਚਾਰ ਆਈ ਹੈ ਵੀ ਉਹ ਵਿਰਕਤ ਸੁਭਾਅ ਦੇ ਹਨ। ਇਹਦੇ ਬਾਰੇ ਸ਼ਬਦ ਅਸੀਂ ਸੁਣਦੇ ਹਾਂ ਆਮ ਤੌਰ 'ਤੇ ਸੰਨਿਆਸੀ, ਬ੍ਰਹਮਚਾਰੀ ਜਾਂ ਉਦਾਸੀ, ਉਦਾਸੀ ਬੰਦੇ, ਵੀ ਮੇਰਾ ਸੰਸਾਰ ਨਾਲ ਦੁਨੀਆਂ ਨਾਲ ਸੰਬੰਧ ਹੀ ਕੋਈ ਨਹੀਂ, ਕੋਈ ਰਿਸ਼ਤਾ ਸੱਚਾ ਨਹੀਂ, ਸਭ ਝੂਠ ਹੈ, ਸਾਰੀ ਸੰਸਾਰ ਝੂਠ ਹੈ, ਦੁਨੀਆਂ ਝੂਠ ਹੈ, ਰਿਸ਼ਤੇ ਝੂਠ ਨੇ, ਕਿਹੜੇ ਪੁੱਤ, ਕਿਹੜੇ ਧੀਆਂ, ਕਿਹੜੇ ਰਿਸ਼ਤੇ, ਕਹਿੰਦੇ ਸਭ ਝੂਠ ਹੈ, ਝੂਠ ਦੀ ਕਿਹੜਾ, ਕਹਿੰਦੇ ਮੈਂ ਕਿਸੇ ਤੋਂ ਕੀ ਲੈਣਾ ਹੈ। ਵਿਰਕਤ ਸੁਭਾਅ। ਔਰ ਸਾਡੇ ਹਿੰਦੁਸਤਾਨ ਵਿੱਚ ਐਸੇ ਸਾਧੂ ਸੰਨਿਆਸੀ ਬਹੁਤ ਹੋਏ ਨੇ ਜੀ, ਜਿਹੜੇ ਲੋਕ ਪਹਾੜਾਂ ਵਿੱਚ ਜਾ ਕੇ ਬੈਠ ਗਏ ਸਨ ਉਹ ਇਹੀ ਸਨ, ਕਹਿੰਦੇ ਸੰਸਾਰ ਝੂਠ ਹੈ, ਕੀ ਲੈਣਾ, ਇੱਥੋਂ ਕੁਝ ਨਹੀਂ ਲੱਭੇਗਾ, ਚਲੋ ਰੱਬ ਨੂੰ ਜੰਗਲਾਂ ਪਹਾੜਾਂ 'ਚ ਜਾ ਕੇ ਲੱਭੀਏ, ਪਰ ਖੇਡ ਬਣੀ ਕੋਈ ਨਾ। ਖੈਰ, ਉਹਨਾਂ ਦੇ ਮਨ ਦਾ ਇੱਕ ਭਰਮ ਸੀ। ਇਹ ਹਕੀਕਤ ਹੈ ਵੀ ਸੰਸਾਰ ਝੂਠ ਹੈ। ਝੂਠ ਦਾ ਅਰਥ ਕਰਾਂਗੇ ਜੀ ਨਾਸ਼ਵਾਨ, ਕਿਉਂਕਿ ਸਦੀਵ ਨਹੀਂ ਹੈ। ਪਰ ਜਿਤਨਾ ਚਿਰ ਹੈ, ਜਿਤਨਾ ਸਮਾਂ ਹੈ, ਉਹਦੀ ਕਦਰ ਵੀ ਕਰਨੀ ਗੁਰੂ ਨੇ ਸਿਖਾਈ ਹੈ। ਸਰੀਰ ਝੂਠਾ ਹੈ, ਕੋਈ ਸ਼ੱਕ ਨਹੀਂ, ਇਹ ਮਿੱਟੀ ਦੀ ਦੇਹੀ ਹੈ। ਮਹਾਰਾਜ ਕਹਿੰਦੇ ਨੇ ਕਾਹੀ ਰੇ ਨਰ ਗਰਭ ਕਰਤ ਹੋ ਬਿਣਸ ਜਾਏ ਝੂਠਾ। ਸੰਸਾਰ ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜੱਗ। ਚੱਲਣਹਾਰ ਮਿਤਨ, ਇਟ ਮੀਨਸ ਕਿ ਜੋ ਨਾਸ਼ਵਾਨ ਅੰਤ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਝੂਠ ਕਿਹਾ ਜਾਏਗਾ। ਪਰ ਜਿਤਨਾ ਚਿਰ ਹੈ ਉਤਨਾ ਚਿਰ ਇਹਦੀ ਕਦਰ ਵੀ ਕਰਨੀ ਹੈ, ਬਸ ਇਹ ਚੀਜ਼ ਨਹੀਂ ਹੋਈ। ਹੁਣ ਤੀਜੇ ਹਨ ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਮਹਾਰਾਜ। ਇੱਥੇ ਇੱਕ ਧਿਆਨ ਵਿੱਚ ਰੱਖਿਓ, ਤਿੰਨ ਭਰਾ ਨੇ, ਤਿੰਨਾਂ ਦੀ ਸੋਚ ਵੱਖਰੀ ਵੱਖਰੀ ਹੈ, ਤਿੰਨਾਂ ਦੀ ਸੋਚ। ਇਹ ਸੰਸਾਰ 'ਚ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ। ਬਹੁਤ ਘੱਟ ਇਹ ਕਿਤੇ ਖੇਡ ਵਰਤਦੀ ਹੈ ਵੀ ਜਿੱਥੇ ਇੱਕੋ ਮਾਂ ਬਾਪ ਦੇ ਘਰ 'ਚ ਜੰਮੇ ਦੋ ਤਿੰਨ ਚਾਰ ਭੈਣ ਭਰਾਵਾਂ ਦੀ ਸੋਚ ਰਲਦੀ ਹੋਵੇ, ਵਰਨਾ ਸਾਰਿਆਂ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ ਹੈ। ਇੱਕ ਬਹੁਤ ਸ਼ਾਂਤ ਠੰਡੇ ਸੁਭਾਅ ਦਾ ਹੁੰਦਾ, ਇੱਕ ਅੱਗ ਦੀ ਨਾਲ ਹੁੰਦਾ, ਮੈਂ ਗੱਲ ਗੱਲ 'ਤੇ ਲੜ ਰਿਹਾ, ਗੱਲ ਗੱਲ 'ਤੇ ਗੁੱਸਾ ਹੋ ਰਿਹਾ, ਗੱਲ ਗੱਲ 'ਤੇ ਗਾਲੀ ਦੇ ਰਿਹਾ। ਇੱਕ ਨੂੰ ਕੁਝ ਮਿਲ ਜਾਏ ਤਾਂ ਵੀ ਇਹਨਾਂ 'ਚ, ਨਾ ਮਿਲਿਆ ਤਾਂ ਵੀ ਇਹਨਾਂ 'ਚ, ਇੱਕ ਕਲਪ ਜਾਂਦਾ। ਸੁਭਾਅ ਹੈ ਨਾ, ਕੁਦਰਤ ਵੱਲੋਂ ਮਿਲਦਾ ਜਾਂ ਸਾਡੇ ਸੰਸਕਾਰਾਂ ਦੇ ਮੁਤਾਬਕ ਚੱਲਦਾ ਹੈ। ਵਿਦਵਾਨਾਂ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦੇ ਵੀ ਜਿਹੜੇ ਤਿੰਨ ਭਰਾ ਨੇ ਤਿੰਨਾਂ ਦਾ ਸੁਭਾਅ ਵੱਖ ਵੱਖ ਹੈ। ਤਿੰਨ ਕੀ ਹੈ? ਦੇਖੋ ਜਿਹੜਾ ਸੰਸਾਰ ਹੈ, ਕਹਿੰਦੇ ਤਿੰਨ ਸੋਚਾਂ ਨੇ। ਇੱਕ ਸੋਚ ਹੈ ਜਿਹੜੀ ਕਿ ਪੂਰੀ ਤਰ੍ਹਾਂ ਸੰਸਾਰ ਨਾਲ ਜੁੜੀ ਹੋਈ ਹੈ, ਬਾਬਾ ਪ੍ਰਿਥੀ ਚੰਦ ਪੂਰੀ ਤਰ੍ਹਾਂ ਦੁਨੀਆਂ 'ਚ, ਸੰਸਾਰ 'ਚ, ਮਾਇਆ 'ਚ ਪੂਰੀ ਤਰ੍ਹਾਂ ਜਿਹੜੇ ਖਚਿਤ ਹੋ ਗਏ, ਬਾਬਾ ਪ੍ਰਿਥੀ ਚੰਦ ਇਸੇ ਅਵਸਥਾ 'ਚ ਜੀ ਰਹੇ ਨੇ। ਇਹ ਸੰਸਾਰ ਨੂੰ, ਮਾਇਆ ਨੂੰ, ਇਹਨੂੰ ਸੱਚ ਮੰਨੀ ਬੈਠੇ ਨੇ, ਹਾਲਾਂਕਿ ਝੂਠ ਹੈ। ਮਹਾਰਾਜ ਨੇ ਇਹੀ ਚੀਜ਼ ਦਿਖਾਈ ਵੀ ਝੂਠ ਨੂੰ ਝੂਠ ਮੰਨ ਕੇ ਹੀ ਜੀਓ, ਕਿਉਂਕਿ ਸੱਚ ਮੰਨੋਗੇ ਮੋਹ ਪੈ ਜਾਏਗਾ, ਮੋਹ ਪੈ ਗਿਆ ਅੱਗੇ ਤੁਰ ਨਹੀਂ ਸਕੋਗੇ। ਰੋਜ਼ ਕਹਿੰਦੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ, ਪੜ੍ਹਦੇ ਹੋ ਰੋਜ਼। ਮਹਾਰਾਜ ਕਹਿੰਦੇ ਮੈਂ ਵੇਖ ਰਿਹਾ ਸਾਰਾ ਸੰਸਾਰ ਡੁੱਬ ਗਿਆ ਕਿੱਥੇ ਮੋਹ ਦੇ ਚਿੱਕੜ 'ਚ। ਤਿੱਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲੇ, ਪੈਰ ਨਹੀਂ ਚੱਲਦੇ, ਕਿਉਂ? ਮੋਹ ਦੇ ਚਿੱਕੜ ਵਿੱਚ ਫਸ ਗਏ, ਹਮ ਦੇਖਾ ਡੁੱਬ ਗਏ। ਮਹਾਰਾਜ ਕਹਿੰਦੇ ਮੈਂ ਰੋਜ਼ ਦੇਖਦਾ ਹਜ਼ਾਰਾਂ ਲੱਖਾਂ ਲੋਕ ਡੁੱਬ ਰਹੇ ਨੇ ਸੰਸਾਰ ਦੇ ਚਿੱਕੜ ਵਿੱਚ, ਕਿਉਂ? ਮੋਹ 'ਚ ਫਸ ਗਏ। ਪ੍ਰਿਥੀ ਚੰਦ ਰੁਕੀ ਹੋਈ ਸੋਚ ਹੈ, ਫਸੀ ਹੋਈ ਸੋਚ ਦਾ ਨਾਮ ਹੈ। ਬਾਬਾ ਮਹਾਂਦੇਵ ਕੀ ਨੇ? ਮਹਾਂਦੇਵ ਬਿਲਕੁਲ ਟੁੱਟੇ ਹੋਏ, ਉਹ ਬਿਲਕੁਲ ਹੀ ਟੁੱਟ ਗਏ। ਇੱਕ ਪੂਰੀ ਤਰ੍ਹਾਂ ਜੁੜ ਗਏ, ਇੱਕ ਪੂਰੀ ਤਰ੍ਹਾਂ ਟੁੱਟ ਗਏ, ਦੋਵੇਂ ਚੀਜ਼ਾਂ ਗਲਤ ਨੇ। ਜਿੰਨਾ ਚਿਰ ਸੰਸਾਰ 'ਚ ਪਰਿਵਾਰ 'ਚ ਰਹਿਣਾ, ਇਹਦੇ ਨਾਲ ਜੁੜਨਾ ਵੀ ਨਹੀਂ ਅਤੇ ਇਹ ਤੋਂ ਟੁੱਟਣਾ ਵੀ ਕੋਈ ਨਹੀਂ ਹੈ। ਤੀਸਰਾ ਰਸਤਾ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਨੇ, ਉਹ ਕਹਿੰਦੇ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਤੋਂ ਨਿਰਲੇਪ ਰਹਿਣਾ ਹੈ। ਬਸ ਆਹ ਜੁਗਤ ਗੁਰੂ ਨੇ ਦੱਸੀ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗ ਆਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਿਖਾਣਾ ਹੈ। ਕਹਿੰਦੇ ਕਮਲ ਦੇ ਫੁੱਲ ਵਾਂਗ ਹੋ ਜਾਓ, ਚਿੱਕੜ 'ਚੋਂ ਪੈਦਾ ਹੋ ਕੇ ਚਿੱਕੜ ਤੋਂ ਨਿਰਲੇਪ ਹੈ। ਮੁਰਗਾਬੀ ਪਾਣੀ 'ਚ ਰਹਿੰਦੀ ਹੈ ਪਰ ਪਾਣੀ 'ਚ ਉੱਡ ਜਾਂਦੀ ਹੈ, ਉਹਦੇ ਖੰਭਾਂ 'ਤੇ ਪਾਣੀ ਦਾ ਅਸਰ ਵੀ ਕੋਈ ਨਹੀਂ ਹੁੰਦਾ। ਇਹ ਸੁਰਤ ਕਿਤੇ ਸਾਡੀ ਮਨ ਐਸੇ ਸੁਭਾਅ ਵਿੱਚ ਆ ਜਾਏ, ਆਏਗਾ ਗੁਰੂ ਕਿਰਪਾ ਨਾਲ। ਗੁਰੂ ਸਾਹਿਬ ਨਾ ਸੰਸਾਰ ਤੋਂ ਭੱਜੇ ਨਾ ਸੰਸਾਰ ਵਿੱਚ ਫਸੇ। ਇਹਨੂੰ ਪੈਸਤ ਵੀ ਕਹਿ ਲਿਆ, ਇੱਕ ਬੰਦਾ ਸਾਰੀ ਉਮਰ ਸੰਸਾਰ ਲਈ ਦੌੜ ਰਿਹਾ, ਮਾਇਆ ਦੇ ਪਿੱਛੇ ਪਿੱਛੇ, ਸੰਸਾਰ ਦੇ ਪਿੱਛੇ ਪਿੱਛੇ, ਦੁਨੀਆਂ ਦੇ ਪਿੱਛੇ ਪਿੱਛੇ ਦੌੜ ਜਾ ਰਿਹਾ, ਪਰ ਲੱਭ ਕੁਝ ਨਹੀਂ ਰਿਹਾ। ਇੱਕ ਹੋਰ ਦੌੜ ਰਿਹਾ, ਉਹ ਅੱਗੇ ਅੱਗੇ ਦੌੜ ਰਿਹਾ, ਕਹਿੰਦਾ ਇਹ ਤੋਂ ਬਚੋ, ਸੰਸਾਰ ਤੋਂ ਬਚੋ, ਮਾਇਆ ਤੋਂ ਬਚੋ, ਦੁਨੀਆਂ ਤੋਂ ਬਚੋ, ਅੱਗੇ ਅੱਗੇ ਦੌੜ ਰਿਹਾ, ਦੋਵੇਂ ਦੌੜ ਰਹੇ ਨੇ।
ਇੱਕ ਪਿੱਛੇ ਦੌੜਦਾ, ਇੱਕ ਅੱਗੇ ਦੌੜਦਾ, ਦੌੜ ਤਾਂ ਦੋਵਾਂ ਦੀ ਚੱਲ ਰਹੀ ਹੈ ਨਾ, ਇੱਕ ਟਿੱਕਿਆ ਹੋਇਆ, ਤੀਜੇ ਟਿੱਕੇ ਹੋਏ ਨੇ, ਬਸ ਸਿੱਖ ਨੇ ਆਪਣੀ ਸੁਰਤ ਨੂੰ ਟਿਕਾਉਣਾ, ਟਿਕਾਉਣ ਦੀ ਜੁਗਤੀ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਰਹੇ ਨੇ, ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਹੋ ਕੇ ਅੱਜ ਇੱਥੇ ਬੈਠੇ ਹਾਂ। ਸੁਰਤ ਕਿਤੇ ਟਿਕ ਜਾਏ, ਔਰ ਮੈਂ ਬੇਨਤੀ ਕਰਦੇ ਹਾਂ, ਦੁਨੀਆ ਦਾ ਸਭ ਤੋਂ ਔਖਾ ਕਰਮ ਹੈ ਮਨ ਨੂੰ ਟਿਕਾਉਣਾ, ਹੋਰ ਕੋਈ ਕੰਮ ਨਹੀਂ ਔਖਾ, ਸਭ ਹੋ ਸਕਦਾ ਦੁਨੀਆ 'ਚ, ਸਭ ਤੋਂ ਔਖਾ ਕੰਮ ਮਨ ਨੂੰ ਟਿਕਾਉਣਾ ਹੈ। ਅਤੇ ਹੁਣ ਦੂਜਾ ਸ਼ਬਦ ਵੀ ਧਿਆਨ ਵਿੱਚ ਰੱਖਿਓ, ਸਭ ਤੋਂ ਸੌਖਾ ਕੰਮ ਕਿਹੜਾ, ਉਹ ਵੀ ਮਨ ਨੂੰ ਟਿਕਾਉਣਾ, ਪਰ ਜੇ ਜੁਗਤੀ ਆ ਜਾਏ, ਬਸ ਗੱਲ ਜੁਗਤੀ 'ਤੇ ਖੜੀ ਹੈ, ਗੁਰੂ ਸਾਹਿਬ ਕੋਲੋਂ ਜੁਗਤੀ ਹੈ। ਮਹਾਰਾਜ ਕੋਲ ਇਹ ਸ਼ਬਦ ਆ ਗਏ ਕਿ ਬੇਟਾ ਤੁਸੀਂ ਜਾਓ, ਗੁਰੂ ਅਰਜਨ ਦੇਵ ਮਹਾਰਾਜ ਪਹਿਲੇ ਹੀ ਹੱਥ ਜੋੜ ਕੇ ਖੜੇ ਨੇ, ਕਹਿੰਦੇ ਗੁਰੂ ਪਿਤਾ ਹੁਕਮ ਕਰੋ, ਮੈਂ ਜਾਣ ਲਈ ਤਿਆਰ ਹਾਂ। ਮਹਾਰਾਜ ਕਹਿੰਦੇ ਬੇਟਾ ਮੈਨੂੰ ਪਤਾ ਵੀ ਤੂੰ ਚਲਾ ਜਾਣਾ, ਪਰ ਅਗਲਿਆ ਇੱਕ ਹੁਕਮ ਹੋਰ ਹੈ, ਆਉਣਾ ਵੀ ਉਦੋਂ ਹੈ ਜਦੋਂ ਅਸੀਂ ਬੁਲਾਵਾਂਗੇ, ਬਈ ਇਹ ਨਹੀਂ ਵਿਆਹ ਹੋ ਗਿਆ ਅਤੇ ਤੁਸੀਂ ਤੀਜੇ ਚੌਥੇ ਦਿਨ ਹੀ ਆ ਜਾਓ, ਨਹੀਂ। ਕਹਿੰਦੇ ਜਿਸ ਦਿਨ ਇੱਧਰੋਂ ਹੁਕਮ ਹੋਏਗਾ, ਆਵਾਜ਼ ਪਏਗੀ, ਉਸ ਦਿਨ ਵਾਪਸ ਆਉਣਾ, ਉਤਨਾ ਸਮਾਂ ਤੱਕ ਉੱਥੇ ਹੀ ਰਹਿ ਕੇ ਪ੍ਰਚਾਰ ਕਰਨਾ। ਇਹ ਕਠਿਨ ਸੀ, ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜਨਮ ਤੋਂ ਲੈ ਕੇ ਅੱਜ ਇਹ ਜਿਹੜੀ ਉਮਰ ਹੈ, ਇਸ ਘਟਨਾ ਤੱਕ ਕਦੇ ਵੀ ਗੁਰੂ ਤੋਂ, ਗੁਰੂ ਪਿਤਾ ਤੋਂ, ਗੁਰੂ ਘਰ ਤੋਂ ਇੰਨਾ ਲੰਮੇ ਸਮੇਂ ਲਈ ਦੂਰ ਨਹੀਂ ਗਏ। ਇਹ ਸਭ ਤੋਂ ਪਹਿਲੀ ਕਠਿਨ ਪ੍ਰੀਖਿਆ ਸੀ। ਪਰ ਮਹਾਰਾਜ, ਹੁਣ ਮੈਂ ਫਿਰ ਬੇਨਤੀ ਕਰਦਾ, ਉਹ ਕਿਉਂ ਇਹ ਸਾਰਾ ਕੁਝ ਪੜ੍ਹ ਗਏ? ਪੱਟਾਂ ਨੇ ਇੱਕ ਬਚਨ ਆਖਿਆ ਸਵਈਆਂ ਵਿੱਚ, ਕਹਿੰਦੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਉਹ ਬਖਸ਼ਿਸ਼ ਨਾਲ ਨਿਵਾਜਿਓ ਜਿਨ੍ਹਾਂ ਨੇ ਜਨਮ ਤੋਂ ਹੀ ਗੁਰੂ ਨਾਨਕ ਦੀ ਮਤ ਗੁਰਮਤ ਨੂੰ ਪਹਿਚਾਣ ਲਿਆ। ਜਿਹੜੇ ਹੁਕਮ ਦਾ ਪਾਠ ਪਹਿਲਾਂ ਹੀ ਪੜ੍ਹ ਗਏ ਨੇ, ਜਿਨ੍ਹਾਂ ਨੇ ਇਸ ਥਿਊਰੀ ਦੀ ਪੜ੍ਹਾਈ ਪਹਿਲਾਂ ਹੀ ਕਰ ਲਈ, ਪ੍ਰੈਕਟੀਕਲ ਕੀ ਔਖਾ ਲੱਗੇਗਾ? ਨਹੀਂ ਸੀ ਲੱਗ ਸਕਦਾ। ਹਾਂ, ਉਹਨੂੰ ਜ਼ਰੂਰ ਲੱਗਦਾ ਜਿਹੜਾ ਸਕੂਲ 'ਚ ਵੜਿਆ ਹੀ ਕੋਈ ਨਹੀਂ, ਜਿਹੜਾ ਬੱਚਾ ਨਾ ਚਲੋ ਸਕੂਲ ਜਾਂਦਾ ਵੀ ਹੋਵੇ, ਸਕੂਲ ਵੀ ਜਾ ਰਿਹਾ, ਕਲਾਸ ਵੀ ਅਟੈਂਡ ਕਰ ਰਿਹਾ, ਟੀਚਰ ਦੇ ਲੈਕਚਰ ਸੁਣ ਵੀ ਰਿਹਾ, ਪਰ ਪੱਲੇ ਕੁਝ ਵੀ ਨਹੀਂ ਪੈ ਰਿਹਾ, ਸਾਲ ਬਾਅਦ ਜਦੋਂ ਐਗਜ਼ਾਮ ਹੋਣਗੇ ਬੱਚਾ ਫੇਲ ਹੋ ਜਾਏਗਾ। ਧਿਆਨ ਵਿੱਚ ਰੱਖਣਾ ਇਹ ਗੱਲ। ਆ ਤਕਰੀਬਨ ਤੁਹਾਡੇ ਵਿੱਚ ਬਹੁਤ ਸਾਰੇ ਸਤਿਕਾਰਯੋਗ ਮਾਤਾਵਾਂ ਭੈਣਾਂ ਬੈਠੇ ਹੋ ਜੋ ਅਧਿਆਪਕ ਪੇਸ਼ੇ ਨਾਲ ਜੁੜੇ ਹੋਏ ਹੋ, ਕੁਝ ਉਹ ਵੀ ਬੱਚੇ ਹੁੰਦੇ ਨੇ ਰੋਜ਼ ਸਕੂਲ ਆਉਂਦੇ ਨੇ ਅਤੇ ਪਿਛਲੇ ਬੈਂਚਾਂ 'ਤੇ ਬਹਿ ਜਾਂਦੇ ਨੇ, ਉੱਥੇ ਬੈਠ ਕੇ ਟੀਚਰ ਦੀਆਂ ਫੋਟੋਆਂ ਬਣਾਈ ਜਾਂਦੇ ਨੇ, ਅਤੇ ਜਦੋਂ ਪੇਪਰ ਆ ਜਾਂਦਾ ਪਤਾ ਤਾਂ ਉਦੋਂ ਹੀ ਲੱਗੇਗਾ ਨਾ, ਸੀ ਕੀ ਕਮਾਇਆ, ਕੀ ਸਿੱਖਿਆ, ਕੀ ਸਾਡੀ ਕਮਾਈ ਹੈ, ਕੀ ਸਾਡਾ ਜੀਵਨ ਹੈ, ਪਤਾ ਉਸ ਦਿਨ ਲੱਗੇਗਾ ਜਿਸ ਦਿਨ ਪਰਚਾ ਪੈ ਜਾਏਗਾ। ਇਹ ਸਾਰੀ ਤਿਆਰੀ ਕਿਸ ਵਾਸਤੇ ਹੈ? ਕਿਉਂਕਿ ਜਿਸ ਦਿਨ ਪਰਚਾ ਪੈਣਾ ਉਹਨੂੰ ਅਸੀਂ ਪਾਸ ਕਰ ਜਾਈਏ, ਗੁਰੂ ਮਿਹਰ ਕਰੇ। ਸਤਿਗੁਰੂ ਸਾਨੂੰ ਗੁਰਬਾਣੀ ਦੀ ਥਿਊਰੀ ਅਤੇ ਆਪਣੇ ਜੀਵਨ 'ਚ ਉਦਾਹਰਣਾਂ ਦਿੰਦੇ ਨੇ। ਮਹਾਰਾਜ ਨੇ ਪਰਚਾ ਪਾਸ ਕੀਤਾ, ਸਤਿਗੁਰੂ ਗਏ, ਜਦੋਂ ਕਾਫੀ ਲੰਮਾ ਸਮਾਂ ਬੀਤਿਆ, ਉੱਥੋਂ ਇੱਧਰੋਂ ਗੁਰੂ ਰਾਮਦਾਸ ਜੀ ਵੱਲੋਂ ਕੋਈ ਸੁਨੇਹਾ ਪੱਤਰ ਨਾ ਮਿਲਿਆ। ਮਹਾਰਾਜ ਨੇ ਉਦੋਂ ਇੱਕ ਪੱਤਰ ਲਿਖਿਆ, ਉਹਦੇ ਵਿੱਚ ਆਪਣੇ ਮਨ ਦਾ ਭਾਵ ਦਰਸਾਇਆ। ਉਹ ਚਿੱਠੀ ਲਿਖ ਕੇ ਜਦੋਂ ਭੇਜੀ, ਬਾਬਾ ਪ੍ਰਿਥੀ ਚੰਦ ਕੋਲੋਂ ਚਿੱਠੀ ਪਹੁੰਚੀ। ਬਾਬਾ ਪ੍ਰਿਥੀ ਚੰਦ ਨੇ ਪੜ੍ਹੀ ਅਤੇ ਲੁਕੋ ਲਈ। ਦੂਸਰਾ ਪੱਤਰ ਆਇਆ, ਉਹ ਵੀ ਇਸੇ ਤਰ੍ਹਾਂ ਉਹਨਾਂ ਨੇ ਪੜ੍ਹਿਆ ਅਤੇ ਲੁਕੋ ਲਿਆ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਤਰ ਗੁਰੂ ਪਿਤਾ ਤੱਕ ਨਹੀਂ ਪਹੁੰਚਦੇ। ਉਹਨਾਂ ਨੇ ਮੇਵੜੇ ਨੂੰ, ਮੇਵੜਾ ਕਹਿੰਦੇ ਨੇ ਜੀ ਜਿਹੜਾ ਪੱਤਰ ਲੈ ਕੇ ਜਾਂਦਾ, ਉਹਨੂੰ ਸਪੈਸ਼ਲ ਕਿਹਾ ਵੀ ਇਹ ਪੱਤਰ ਕੇਵਲ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਵਿੱਚ ਦੇਣਾ। ਉੱਪਰ ਉਹਦੇ ਅੰਗ ਪਾ ਦਿੱਤਾ ਗਿਆ 3। ਜਦੋਂ ਇਹ ਪੱਤਰ ਗੁਰੂ ਰਾਮਦਾਸ ਜੀ ਕੋਲ ਪਹੁੰਚਿਆ ਨਾ, ਉੱਪਰ 3 ਅੰਕ ਦੇਖ ਕੇ ਮਹਾਰਾਜ ਸਮਝ ਗਏ ਵੀ ਪਹਿਲਾਂ 2 ਹੋਰ ਵੀ ਆਏ ਨੇ ਪਰ ਸਾਡੇ ਤੱਕ ਪਹੁੰਚੇ ਨਹੀਂ। ਪ੍ਰਿਥੀ ਚੰਦ ਨੂੰ ਪੁੱਛਿਆ, ਝੂਠਾ ਪੈ ਗਿਆ। ਉਹ ਤੋਂ ਬਾਅਦ ਮਹਾਰਾਜ ਨੇ ਪੱਤਰ ਭੇਜਿਆ ਸਤਿਗੁਰੂ ਸੱਚੇ ਪਾਤਸ਼ਾਹ। ਉਹ ਪੱਤਰ ਪੜ੍ਹਨ ਤੋਂ ਬਾਅਦ ਭਾਵ ਉਹਨਾਂ ਨੂੰ ਸੁਨੇਹਾ ਗਿਆ, ਉਹ ਸੁਨੇਹੇ ਤੋਂ ਬਾਅਦ ਵਾਪਸ ਆਏ। ਭਾਵੇਂ ਉਹਨਾਂ ਲਈ ਰਹਿਣਾ ਕਠਿਨ ਸੀ ਗੁਰੂ ਤੋਂ ਬਿਨਾਂ, ਗੁਰੂ ਘਰ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ, ਪਰ ਫਿਰ ਵੀ ਇਹੀ ਸਿੱਖੀ ਹੈ ਵੀ ਉਹਨਾਂ ਨੇ ਗੁਰੂ ਪਿਤਾ ਦੇ ਹੁਕਮਾਂ ਅਤੇ ਬਚਨਾਂ ਨੂੰ ਕਮਾਇਆ ਅਤੇ ਪਾਲਿਆ ਹੈ। ਉਹ ਇਹ ਨਹੀਂ ਵੀ ਦੌੜ ਕੇ ਆ ਗਏ, ਭੱਜ ਕੇ ਆ ਗਏ ਵੀ ਨਹੀਂ ਮੇਰਿਆਂ 'ਤੇ ਜੀ ਨਹੀਂ ਜੀ ਲੱਗਿਆ ਮੈਂ ਤਾਂ ਆ ਗਿਆ, ਨਹੀਂ। ਮਨ ਨੂੰ ਮਾਰ ਕੇ, ਮਨ ਦਾ ਭਾਵ, ਮਨ ਦਾ ਅਹੰ ਮਾਰ ਕੇ ਮਹਾਰਾਜ ਉੱਥੇ ਟਿਕੇ। ਉਹ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ, ਇੱਥੇ ਮੈਂ ਨਾਲ ਹੀ ਬੇਨਤੀ ਕਰਦੇ ਹਾਂ, ਅਸੀਂ ਗੁਰਬਾਣੀ 'ਚ 3 ਸ਼ਬਦ ਪੜ੍ਹਦੇ ਹਾਂ ਜੀ ਮਹਾਰਾਜ ਦੇ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਵੈ, ਬਿਰਦਰਸ਼ਨ ਸੰਤ ਪਿਆਰੇ ਜੀਉ। ਹੁਣ ਕਈ ਲੋਕ ਕਹਿੰਦੇ ਨੇ ਮਹਾਰਾਜ ਨੇ ਇਹ ਉੱਥੋਂ ਲਿਖ ਕੇ ਭੇਜੇ, ਧਿਆਨ ਵਿੱਚ ਰੱਖਿਓ ਆ ਸ਼ਬਦ, ਕਿਉਂਕਿ ਇਹ ਪ੍ਰਚਲਿਤ ਹੋ ਗਈ ਗੱਲ ਵੀ ਮਹਾਰਾਜ ਨੇ 3 ਸ਼ਬਦ ਉੱਥੋਂ ਲਿਖ ਕੇ ਭੇਜੇ। ਉੱਥੇ ਅਸਲ ਵਿੱਚ ਪੱਤਰ ਸੀ ਵਾਰਤਕ ਰੂਪ ਵਿੱਚ। ਜਦੋਂ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ, ਉਹ ਤੋਂ ਬਾਅਦ ਮਹਾਰਾਜ ਬਾਣੀ ਕੇ ਬੋਹਿਥੇ ਬਣ ਕੇ ਬਹੁਤ ਸਾਰੀ ਬਾਣੀ ਉਚਾਰਦੇ ਨੇ। ਉਸ ਭਾਵ ਨੂੰ, ਚਿੱਠੀਆਂ ਦੇ ਭਾਵ ਨੂੰ ਵਾਰਤਕ ਰੂਪ ਨੂੰ ਉਦੋਂ ਕਾਵਿ ਰੂਪ ਦੇ ਕੇ, ਗੁਰਬਾਣੀ ਦਾ ਰੂਪ ਦੇ ਕੇ ਪ੍ਰਗਟ ਕਰਦੇ ਨੇ। ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਗੁਰੂ ਜੋਤ ਤੋਂ ਬਿਨਾਂ ਪ੍ਰਗਟ ਨਹੀਂ ਹੁੰਦੀ। ਉਸ ਵੇਲੇ ਮਹਾਰਾਜ ਗੁਰੂ ਜੋਤ ਵਿੱਚ ਨਹੀਂ ਹਨ, ਗੁਰਤਾ ਗੱਦੀ 'ਤੇ ਬਿਰਾਜਮਾਨ 4ਵੇਂ ਪਾਤਸ਼ਾਹ।
ਇਹਨੂੰ ਬਹੁਤ ਬਰੀਕੀ ਨਾਲ ਸਮਝਣ ਵਾਲਾ ਨੁਕਤਾ ਹੈ, ਕਿਉਂਕਿ ਜੇ ਅਸੀਂ ਅੱਖਾਂ ਮੀਚ ਕੇ ਜੋ ਕਿਸੇ ਨੇ ਸੁਣਾਏ ਸੁਣ ਲੈਂਦੇ ਹਾਂ। ਮੈਂ ਬੇਨਤੀ ਕਰਾਂ ਤੁਸੀਂ, ਖੈਰ ਗੁਰੂ ਦੀ ਕਿਰਪਾ ਜੀ, ਬਹੁਤ ਵੱਡੇ ਵੱਡੇ ਪ੍ਰਚਾਰਕ ਵਿਦਵਾਨਾਂ ਨੂੰ ਸੁਣਦੇ ਹੋ, ਗੂੜੀ ਗਿਆਨੀ ਹੋ, ਕੋਈ ਵੀ ਗੱਲ ਹੈ ਭਾਵੇਂ ਕੋਈ ਵੀ ਬੋਲ ਰਿਹਾ, ਉਹਦੀ ਕੋਖ ਪੜਤਾਲ ਸੰਗਤ ਨੂੰ ਆਪ ਜ਼ਰੂਰ ਕਰਨੀ ਚਾਹੀਦੀ ਹੈ। ਨਹੀਂ ਤਾਂ ਮੇਰੇ ਵਰਗਾ ਬੰਦਾ ਕੁਛ ਵੀ ਬੋਲ ਕੇ ਚਲਾ ਜਾਂਦਾ, ਸੰਗਤ ਵਿੱਚ ਦੁਬਧਾ ਪੈਂਦਾ, ਕਿਉਂਕਿ ਬਿਲਕੁਲ ਸਿੰਪਲ ਹੈ, ਗੁਰੂ ਜੋਤ ਹੈ ਅਤੇ ਗੁਰਬਾਣੀ ਹੈ। ਗੁਰੂ ਜੋਤ ਗੁਰੂ ਰਾਮਦਾਸ ਮਹਾਰਾਜ ਜੀ ਵਿੱਚ ਹੈ, ਅਤੇ ਗੁਰੂ ਅਰਜਨ ਦੇਵ ਮਹਾਰਾਜ ਕਿਵੇਂ ਬਾਣੀ ਉਚਾਰਨਗੇ? ਬਿਲਕੁਲ ਈਜ਼ੀ ਹੈ ਕਿ ਉਸ ਭਾਵ ਨੂੰ ਬਾਅਦ ਵਿੱਚ ਗੁਰਬਾਣੀ ਦੇ ਸ਼ਬਦ ਦਿੱਤੇ ਗਏ ਨੇ। ਭਾਣਾ ਮੰਨਣ ਦਾ ਪਹਿਲਾ ਪਾਠ ਉਹਨਾਂ ਨੇ ਪੜ੍ਹਿਆ, ਇਹ ਤੋਂ ਬਾਅਦ ਸਮਾਂ ਬੀਤਿਆ। ਪ੍ਰਿਥੀ ਚੰਦ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਪਿਤਾ ਰਾਮਦਾਸ ਮਹਾਰਾਜ ਜੀ ਮੇਰੇ ਛੋਟੇ ਭਰਾ ਅਰਜਨ ਦੇਵ 'ਤੇ ਬਹੁਤ ਦਿਆਲ ਹੋ ਰਹੇ ਨੇ, ਮਨ ਹੀ ਮਨ ਦੇ ਵਿੱਚ ਈਰਖਾ ਦਾ ਭਾਂਬੜ ਵਲ ਗਿਆ। ਉਹਨਾਂ ਨੇ ਉਸੇ ਵੇਲੇ ਯਤਨ ਕਰਨੇ ਸ਼ੁਰੂ ਕੀਤੇ ਵੀ ਕਿਸੇ ਵੀ ਤਰੀਕੇ ਨਾਲ ਮੈਂ ਗੁਰੂ ਅਰਜਨ ਦੇਵ ਜੋ ਮੇਰੇ ਤੋਂ ਛੋਟਾ ਹੈ, ਉਮਰ ਵਿੱਚ ਵੱਡਾ ਮੈਂ ਹਾਂ, ਜ਼ਿੰਮੇਵਾਰੀ ਮੇਰੀ ਹੈ, ਗੁਰੂ ਘਰ ਦੀ ਸੇਵਾ ਸੰਭਾਲ ਮੈਂ ਕਰਦਾ, ਪਰ ਬਖਸ਼ਿਸ਼ਾਂ ਹੀ ਲਈ ਜਾ ਰਿਹਾ। ਔਰ ਜਿਹੜੀ ਈਰਖਾ ਪਿਆਰੇ ਉਹ ਬੜੀ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਮੈਂ ਇੱਥੇ ਬੇਨਤੀ ਕਰਦਾ ਇਹਨੂੰ ਮਾਇੰਡ ਨਾ ਕਰਨਾ, ਜੋ ਕੁਦਰਤੀ ਤੌਰ 'ਤੇ ਹੈ ਮੈਂ ਉਹ ਬੇਨਤੀ ਕਰ ਲੈਂਦਾ। ਈਰਖਾ ਜਿਹੜੀ ਹੈ, ਈਰਖਾ ਦਾ ਜਿਹੜਾ ਔਗਣ ਹੈ, ਇਹ ਇਸਤਰੀ ਵਿੱਚ ਵਧੇਰੇ ਪਾਇਆ ਜਾਂਦਾ ਹੈ, ਕੁਦਰਤੀ ਤੌਰ 'ਤੇ ਜਿਹੜੀ ਗੱਲ ਹੈ। ਜਿਵੇਂ ਕਿ ਕੁਦਰਤ ਨੇ ਹਰੇਕ ਨੂੰ ਦੇਖੋ ਜੀ ਗੁਣ ਵੀ ਦਿੱਤੇ ਨੇ, ਔਗਣ ਵੀ ਦਿੱਤੇ ਨੇ। ਬੰਦੇ ਦਾ ਜਿਹੜਾ ਪ੍ਰਮੁੱਖ ਔਗਣ ਹੈ ਉਹ ਹਉਮੈ ਹੈ। ਈਰਖਾ ਇਸਤਰੀ ਦੇ ਵਿੱਚ ਪ੍ਰਧਾਨ ਗੁਣ ਹੈ, ਹਉਮੈ ਮਰਦ ਦੇ ਵਿੱਚ ਪ੍ਰਧਾਨ ਗੁਣ ਹੈ। ਅਤੇ ਇਸਤਰੀ ਦਾ ਜਿਹੜਾ ਗੁਣ ਹੈ ਉਹ ਹੈ ਕੋਮਲਤਾ, ਸਹਿਜ ਸੁਭਾਅ, ਉਹ ਗੁਣ ਬੜੇ ਨੇ, ਨਿਰਮਾਣਤਾ ਵੀ ਹੈ, ਲੱਜਾ ਵੀ ਹੈ, ਬੜਾ ਕੁਝ ਹੈ। ਪਰ ਈਰਖਾ ਦੀ ਗੱਲ ਮੈਂ ਤਾਂ ਕੀਤੀ, ਪਰ ਇਹ ਹੈ ਬੰਦੇ 'ਚ ਵੀ, ਇਹ ਨਹੀਂ ਵੀ ਉਹਦੇ 'ਚ ਨਹੀਂ ਹੁੰਦੀ, ਬਹੁਤਾਤ ਰੂਪ ਵਿੱਚ ਇਸਤਰੀ 'ਚ ਜ਼ਿਆਦਾ ਹੁੰਦੀ ਹੈ। ਮੈਂ ਤਾਂ ਬੇਨਤੀ ਕਰਨ ਲੱਗਾ ਵੀ ਜੇ ਆਪਾਂ ਨੂੰ ਪਤਾ ਵੀ ਇਹ ਚੀਜ਼ ਹੈ, ਇਹ ਚੰਗੀ ਨਹੀਂ, ਤੈਨੂੰ ਤਿਆਗ ਦੇਣਾ ਹੀ ਚੰਗਾ ਹੈ। ਪਰਾਈ ਤਾਤ ਮਹਾਰਾਜ ਸ਼ਬਦ ਵਰਤਦੇ ਨੇ ਬਾਣੀ 'ਚ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਇਹ ਥਿਊਰੀ ਹੈ, ਪਰ ਇਹ ਪ੍ਰੈਕਟੀਕਲ ਕਿਸੇ ਵਿਰਲੇ ਨੇ ਕੀਤਾ ਹੈ। ਹੁਣ ਕਈ ਥਾਂ 'ਤੇ ਕੀ ਵੇਖਦੇ ਹਾਂ, ਸੁਸਾਇਟੀਆਂ ਤਾਂ ਬਣ ਗਈਆਂ, ਪਰ ਕਈ ਵਾਰੀ ਸੁਖਮਨੀ ਪੜ੍ਹਨ ਵਾਲੀਆਂ ਬਾਣੀ ਪੜ੍ਹਨ ਵਾਲੇ ਸੁਸਾਇਟੀਆਂ ਦੀ ਲੜਾਈ ਹੋ ਜਾਂਦੀ ਹੈ, ਆਪਸ 'ਚ ਅਸੀਂ ਗੜਾ ਮੱਟੀ ਹੋਈ ਜਾਂਦੇ ਹਾਂ। ਸਪਸ਼ਟ ਹੈ ਵੀ ਹਲੇ ਪੜ੍ਹਿਆ ਹੈ, ਕਮਾਇਆ ਨਹੀਂ ਹੈ। ਮੈਂ ਫਿਰ ਬੇਨਤੀ ਕਰਾਂ, ਵਾਰ ਵਾਰ ਕਰ ਰਿਹਾ, ਖੇਡ ਉਸ ਦਿਨ ਬਣੇਗੀ ਜਿਸ ਦਿਨ ਗੁਰੂ ਦੀ ਗੱਲ ਨੂੰ ਕਮਾ ਜਾਵਾਂਗੇ, ਗੁਰੂ ਮਿਹਰ ਕਰੇ। ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇਹ ਚੀਜ਼ ਸੀ ਵੀ ਜੇ ਇਹ ਅੱਗੇ ਨਿਕਲ ਗਏ ਮੈਂ ਤਾਂ ਕਾਸੀ ਜੋਗਾ ਨਾ ਰਹਿ ਗਿਆ। ਮਨ ਦੇ ਵਿੱਚ ਉਹਨਾਂ ਦੇ ਭਾਂਬੜ ਬਲ ਗਿਆ, ਸਮਾਂ ਆਪਣੀ ਚਾਲੇ ਚੱਲਿਆ। ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਅੰਤਲਾ ਸਮਾਂ ਨੇੜੇ ਜਾਣ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪਹੁੰਚੇ, ਦੋ ਦਿਨ ਉੱਥੇ ਰੁਕੇ ਸਿੱਖਾਂ ਨਾਲ। ਭਾਈ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਸਾਰੀ ਵਿਚਾਰ ਕਰਕੇ ਮਹਾਰਾਜ ਨੇ ਆਖ ਦਿੱਤਾ ਸੀ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਛੋਟੇ ਸਪੁੱਤਰ ਅਰਜਨ ਦੇਵ ਸੰਭਾਲਣਗੇ, ਕਿਉਂਕਿ ਮੈਂ ਉਹਨਾਂ ਦੇ ਵੱਲੋਂ ਬੇਨਤੀ ਕਰ ਰਿਹਾ। ਇਹ ਸਾਰਾ ਫੈਸਲਾ ਹੋ ਗਿਆ। ਦੋ ਦਿਨ ਬਾਅਦ ਮਹਾਰਾਜ ਜੋਤੀ ਜੋਤ ਸਮਾ ਗਏ। ਪ੍ਰਿਥੀ ਚੰਦ ਜਦੋਂ ਉਸ ਦਿਨ ਤੀਸਰੇ ਦਿਨ ਪਹੁੰਚਾ, ਉਹਨੇ ਜਾਂਦੇ ਨੇ ਰੌਲਾ ਪਾ ਦਿੱਤਾ। ਕਹਿੰਦਾ ਦੇਖੋ ਜੀ, ਮੇਰੇ ਪਿਤਾ ਜੀ ਚੰਗੇ ਭਲੇ ਆਏ ਨੇ, ਪਰ ਮੇਰੇ ਛੋਟੇ ਭਰਾ ਅਰਜਨ ਨੇ ਕੁਝ ਖਵਾ ਕੇ ਉਹਨਾਂ ਨੂੰ ਖਤਮ ਕਰ। ਇਹ ਸ਼ਬਦ ਉਹਨੇ ਵਰਤੇ ਕਿਉਂਕਿ ਉਹ ਚਾਹੁੰਦਾ ਸੀ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਭਰਾ ਨੂੰ ਪਿੱਛੇ ਕਰਾਂ, ਲੋਕਾਂ ਦੇ ਮਨਾਂ 'ਚ ਇਹਨਾਂ ਦੇ ਪ੍ਰਤੀ ਨਫ਼ਰਤ ਹੋ ਜਾਏਗੀ, ਇਹਨਾਂ ਨੂੰ ਮਾੜਾ ਕਹਿਣਗੇ, ਪਿੱਛੇ ਹੋ ਜਾਣਗੇ ਅਤੇ ਗੱਦੀ ਮੈਨੂੰ ਮਿਲ ਜਾਏ। ਔਰ ਉਸ ਦਿਨ ਉੱਥੇ ਬਹੁਤ ਜ਼ਿਆਦਾ ਬਵਾਲ ਮਚਿਆ। ਜਿਸ ਦਿਨ ਭੋਗ ਸੀ, ਬੜੀ ਸੰਗਤ ਦਾ ਇਕੱਠ ਹੋਇਆ। ਔਰ ਉਸ ਦਿਨ 11 ਭੱਟ ਜਿਨ੍ਹਾਂ ਦੀ ਗੁਰਬਾਣੀ ਹੈ, ਇਹ ਵੀ ਉਸ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪਹੁੰਚ ਗਏ ਸਨ। ਭੱਟਾਂ ਨੇ ਸਾਰਾ ਹਾਲਾਤ ਆਪਣੇ ਅੱਖਾਂ ਨਾਲ ਵੇਖਿਆ, ਬਾਣੀ 'ਚ ਉਹਨਾਂ ਨੇ ਥਾਂ ਥਾਂ 'ਤੇ ਇਹਦਾ ਜ਼ਿਕਰ ਕੀਤਾ। ਅਤੇ ਇਸ ਨੇ ਦੋਸ਼ ਲਾਏ ਕਿ ਮੇਰੇ ਪਿਤਾ ਨੂੰ ਮੇਰੇ ਛੋਟੇ ਭਰਾ ਨੇ ਖਤਮ ਕੀਤਾ ਅਤੇ ਗੁਰਿਆਈ ਦਾ ਮਾਲਕ ਮੈਂ ਹਾਂ। ਜਦੋਂ ਕਹਿੰਦੇ ਪੱਗ ਬੰਨਣ ਲੱਗੇ, ਪੱਗ ਦਾ ਅਰਥ ਹੁੰਦਾ ਜ਼ਿੰਮੇਵਾਰੀ ਦੇਣੀ ਸੀ, ਗੁਰਿਆਈ ਦੇਣੀ ਸੀ। ਪ੍ਰਿਥੀ ਚੰਦ ਕਹਿੰਦਾ ਨਹੀਂ, ਪੱਗ ਮੈਨੂੰ ਦਿਓ। ਗੁਰੂ ਅਰਜਨ ਦੇਵ ਮਹਾਰਾਜ ਨੇ ਦੇਖਿਆ ਵੀ ਇਹਨੇ ਰੌਲਾ ਪਾ ਲਿਆ। ਮਹਾਰਾਜ ਕਹਿਣ ਲੱਗੇ, ਮੈਂ ਬੇਨਤੀ ਕਰਾਂ ਸ਼ਾਂਤੀ, ਸਹਿਣਸ਼ੀਲਤਾ, ਅੰਦਰ ਦੀ ਠੰਡਕ। ਕੇਵਲ ਇਹ ਨਹੀਂ ਵੀ ਮਹਾਰਾਜ ਨੇ ਤੱਤੀ ਤਵੀ 'ਤੇ ਬੈਠ ਕੇ ਗਾਇਆ ਤੇਰਾ ਕੀਆ ਮਿੱਠਾ ਲੈ, ਜਾਂ ਉੱਥੇ ਬੈਠ ਕੇ ਤੱਤੀ ਤਵੀ 'ਤੇ ਵੀ ਠੰਡੇ ਰਹੇ। ਸਭ ਤੋਂ ਵੱਡੀ ਜਿਹੜੀ ਅੱਗ ਹੈ ਉਹ ਬੰਦੇ ਦੇ ਮਨ ਦੇ ਅੰਦਰ ਹੈ, ਹਉਮੈ ਦੀ, ਈਰਖਾ ਦੀ, ਹੰਕਾਰ ਦੀ, ਲਾਲਚ ਦੀ, ਬੇਈਮਾਨੀ ਦੀ, ਠੱਗੀ ਠੋਰੀ, ਛਲ ਕਪਟ, ਉੱਚਾ ਨੇ। ਇਹ ਅੱਗਾਂ ਬਹੁਤ ਖਤਰਨਾਕ ਨੇ, ਇਹਦੇ ਤੋਂ ਬਚਣਾ ਬਹੁਤ ਔਖਾ। ਤਾਂ ਹੀ ਮਹਾਰਾਜ ਨੇ ਕਿਹਾ, ਕਹਿੰਦੇ ਅੰਦਰ ਦੀ ਠੰਡ ਬਾਹਰ ਦੀ ਬਰਫ਼ ਨਾਲ ਵੀ, ਅੰਦਰ ਦੀ ਤਪਸ਼ ਬਾਹਰ ਦੀ ਬਰਫ਼ ਨਾਲ ਵੀ ਨਹੀਂ ਖਤਮ ਹੋ ਸਕਦੀ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿੱਟੀ ਕਾਮ, ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਜੇ ਅੰਦਰ ਦੀ ਸ਼ੀਤਲਤਾ ਚਾਹੀਦੀ ਹੈ, ਕਹਿੰਦੇ ਨਾਮ ਨਾਲ ਜੁੜ ਜਾਓ।
ਹੁਣ ਪ੍ਰਿਥੀ ਚੰਦ ਅੰਦਰੋਂ ਖਾਲੀ ਹੈ। ਉਹਨੇ ਰੌਲਾ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਕਮਾਲ ਦੇ ਬਚਨ ਕੀਤੇ। ਕਹਿਣ ਲੱਗੇ ਬਾਬਾ ਜੀ, ਬੁੱਢਾ ਜੀ ਨੂੰ ਕਹਿਣ ਲੱਗੇ, ਜੇ ਇਹਨਾਂ ਦੇ ਮਨ 'ਚ ਇਹ ਭਰਮ ਹੈ ਨਾ ਵੀ ਜੇ ਪੱਗ ਮੈਂ ਬੰਨ੍ਹੀ ਗੁਰੂ ਮੈਂ ਬਣ ਜਾ, ਕਹਿੰਦੇ ਫਿਰ ਇਹਨੂੰ ਪੱਗ ਦੇ ਦਿਓ, ਪੱਗ ਦੇ ਦਿਓ। ਮਹਾਰਾਜ ਨੇ ਬਚਨ ਆਖਿਆ ਜੀ, ਕਹਿਣ ਲੱਗੇ ਵੱਡੇ ਭਰਾਤਾ, ਜਿਹੜੀ ਜੋਤ ਹੈ ਉਹ ਪੱਗਾਂ ਨਾਲ ਕਦੀ ਨਹੀਂ ਮਿਲਿਆ ਕਰਦੀ। ਇਹ ਨਹੀਂ ਵੀ ਜੇ ਤੁਸੀਂ ਗੁਰੂ ਸਾਹਿਬ ਦੀ ਪੱਗ ਬੰਨ ਲਈ ਤੁਸੀਂ ਗੁਰੂ, ਕਹਿੰਦੇ ਜੋਤ ਪੱਗਾਂ ਨਾਲ ਨਹੀਂ, ਇਹ ਤੇ ਉਸ ਮਾਲਕ ਦੀ ਕਿਰਪਾ ਹੈ, ਬਖਸ਼ਿਸ਼ ਹੈ, ਜਿਹਨੂੰ ਉਹ ਚੁਣੇ ਨਿਵਾਜੇ ਪਾਤਰ ਬਣ ਜਾਏ, ਇਹ ਜੋਤ ਉਸੇ ਹਿਰਦੇ 'ਚ ਪ੍ਰਵਿਰਤ ਹੁੰਦੀ ਹੈ। ਉੱਥੇ ਫਿਰ ਕਹਿੰਦੇ ਇੱਕੋ ਸਮੇਂ, ਵੈਸੇ ਆਮ ਤੌਰ 'ਤੇ ਦੇਖੋ ਪਗੜੀ ਰਸਮ ਇੱਕ ਨੂੰ ਬੰਨ੍ਹੀ ਜਾਂਦੀ ਹੈ ਵੱਡੇ ਪੁੱਤਰ ਨੂੰ, ਪਰ ਉਸ ਦਿਨ ਕਹਿੰਦੇ ਦੋ ਪੱਗਾਂ ਬੰਨ੍ਹੀਆਂ ਗਈਆਂ। ਗੁਰਿਆਈ ਦੀ ਪੱਗ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਉਹ ਤੋਂ ਬਾਅਦ ਫਿਰ ਪ੍ਰਿਥੀ ਚੰਦ ਨੂੰ ਕਿਹਾ ਵੀ ਜਿੰਨੀ ਜ਼ਿੰਮੇਵਾਰੀ ਹੈ ਗੁਰੂ ਘਰ ਦੀ ਕਾਰ ਵਿਹਾਰ ਲੈਣ ਦੇਣ ਇਹਦਾ ਮਾਲਕ ਤੂੰ ਹੀ ਰਹੇਗਾ। ਉਹ ਤੋਂ ਬਾਅਦ ਜਾ ਕੇ ਉਹਨਾਂ ਦਾ ਮਨ ਫਿਰ ਕਹਿੰਦੇ ਸ਼ਾਂਤ ਹੋਇਆ, ਕਿਉਂਕਿ ਉਹਨਾਂ ਦੇ ਮਨ 'ਚ ਇਹ ਭਰਮ ਆ ਗਿਆ ਸੀ ਵੀ ਜੇ ਗੁਰੂ ਬਣ ਗਏ ਸਾਰਾ ਕੁਝ ਸਾਂਭੀਏ, ਕਿਉਂ ਸੁਰਤ ਮਾਇਆ 'ਤੇ ਟਿੱਕੀ ਹੈ, ਗੁਰੂ ਅਰਜਨ ਦੇਵ ਜੀ ਦੀ ਸੁਰਤ ਬਖਸ਼ਿਸ਼ ਕਿਰਪਾ 'ਤੇ ਟਿੱਕੀ ਹੈ। ਇਹ ਫਰਕ ਸੀ ਉਹਨਾਂ ਦੀ ਸੋਚ ਵਿੱਚ। ਇੱਥੇ ਵੀ ਬੜੇ ਯਤਨ ਕੀਤੇ ਮਹਾਰਾਜ ਨੇ, ਇਸ ਸਾਰੇ ਨੂੰ ਵੀ ਮਿੱਠਾ ਅਤੇ ਭਾਣਾ ਮੰਨ ਕੇ ਹੀ ਜਰ ਲਿਆ। ਸਮਾਂ ਚੱਲੇ ਚੱਲਿਆ, ਪ੍ਰਿਥੀ ਚੰਦ ਟਿੱਕੇ ਕੋਈ ਨਾ। ਇਹਨਾਂ ਨੇ ਕਹਿੰਦੇ ਯਤਨ ਪਤਾ ਕੀ ਕੀਤਾ, ਕੁਝ ਸਮੇਂ ਬਾਅਦ ਸੰਗਤ ਵਿੱਚ ਇਹਨਾਂ ਨੇ ਪ੍ਰਚਾਰ ਕਰ ਦਿੱਤਾ ਵੀ ਗੁਰੂ ਮੈਂ ਬਣ ਗਿਆ ਹਾਂ, ਗੁਰੂ ਮੈਂ ਬਣ ਗਿਆ। ਅੰਮ੍ਰਿਤਸਰ ਦੀ ਧਰਤੀ 'ਤੇ ਜਿੰਨੇ ਰਸਤੇ ਆਉਂਦੇ ਸਨ ਉਹਨਾਂ ਦੇ ਵਿੱਚ ਆਪੋ ਆਪਣੇ ਬੰਦੇ ਬਿਠਾ ਦਿੱਤੇ। ਔਰ ਉਹ ਜਿਹੜੇ ਬੰਦੇ ਨੇ ਉਹ ਕਿਸ ਵਾਸਤੇ ਬਿਠਾਏ ਗਏ, ਜਿਹੜੀ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸੰਗਤ ਆਉਂਦੀ ਹੈ ਨਾ, ਉਹਨਾਂ ਨੂੰ ਉਹਦੇ ਪ੍ਰਿਥੀ ਚੰਦ ਦੇ ਬੰਦੇ ਕਹਿੰਦੇ ਨੇ ਵੀ ਗੁਰੂ ਵੱਡੇ ਪ੍ਰਿਥੀ ਚੰਦ ਨੇ, ਉਹਨਾਂ ਦਾ ਡੇਰਾ ਉੱਧਰ ਹੈ, ਤੁਸੀਂ ਉੱਥੇ ਜਾਓ, ਕਾਰ ਪੇਟ ਦਸਵੰਧ ਰਸਦ ਸਭ ਉੱਥੇ ਜਾ ਕੇ ਜਾਓ। ਹੁਣ ਜਿਹੜੀ ਦੂਰ ਸੰਗਤ ਸੀ ਜਿਹਨਾਂ ਨੂੰ ਨਹੀਂ ਸੀ ਪਤਾ ਵੀ ਕੀ ਖੇਡ ਵਰਤੀ ਹੈ, ਉਹ ਉਹਨਾਂ ਬੰਦਿਆਂ ਦੇ ਜਿਹੜੇ ਛੱਡੇ ਹੋਏ ਸਨ, ਜਿਹੜੇ ਕਹਿ ਲਓ ਵੀ ਇੱਟ ਆਊਟ ਹੁੰਦੇ ਨੇ ਜਾਂ ਜੀ ਜਿਹੜੇ ਇਹ ਕਰਦੇ ਨੇ ਚਲਾਕੀਆਂ ਕਰਦੇ ਨੇ, ਚਮਚੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਉਹਨਾਂ ਨੇ ਸੰਗਤ ਨੂੰ ਵਰਗ ਲਾ ਲੈਣਾ, ਸੰਗਤ ਨੇ ਉੱਧਰ ਚਲੇ ਜਾਣਾ। ਅਤੇ ਜਦੋਂ ਸੰਗਤ ਨੇ ਪੁੱਛਣਾ ਪ੍ਰਸ਼ਾਦੇ ਪਾਣੀ ਦਾ ਕੀ ਪ੍ਰਬੰਧ ਹੈ, ਕਹਿੰਦੇ ਉਹ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਚੱਲਦਾ ਹੈ। ਹੁਣ ਦੇਖੋ ਕਾਰ ਪੇਟ ਰਸਦ ਸਾਰੀ ਉੱਧਰ, ਜਦੋਂ ਲੰਗਰ ਦੀ ਬਾਣੀ ਹੋਣੀ ਕਹਿੰਦੇ ਉੱਧਰ ਜਾਓ ਗੁਰੂ ਅਰਜਨ ਦੇਵ ਜੀ ਕੋਲ, ਪਰ ਕੋਈ ਗੱਲ ਨਹੀਂ, ਗੁਰੂ ਨਾਨਕ ਦਾ ਘਰ ਸੀ, ਸਤਿਗੁਰੂ ਨੇ ਜਿਹੜਾ ਲੰਗਰ ਸ਼ੁਰੂ ਕੀਤਾ ਛੇਤੀ ਤੇ ਮੁੱਕਣ ਨਹੀਂ ਲੱਗਿਆ, ਸੰਗਤ ਨੇ ਉਹਨਾਂ ਲੰਗਰ ਛਕਣਾ, ਮਹਾਰਾਜ ਨੂੰ ਸਾਰੀ ਗੱਲ ਸਮਝ ਆ ਗਈ, ਪਰ ਸਤਿਗੁਰੂ ਉਦੋਂ ਵੀ ਸ਼ਾਂਤ ਰਹੇ, ਅਡੋਲ ਨੇ, ਹਰ ਥਾਂ 'ਤੇ ਮਹਾਰਾਜ ਅਡੋਲ ਨੇ। ਸਾਡੇ ਵਰਗਾ ਬੰਦਾ ਵੀ ਨਿੱਕੀ ਜਿਹੀ ਗੱਲ 'ਤੇ ਕਲਪ ਜਾਂਦਾ, ਪਰ ਮਹਾਰਾਜ ਇਹ ਦੇਖੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀਆਂ ਕਰਤੇ ਨੇ ਪ੍ਰੀਖਿਆਵਾਂ ਪਾਈਆਂ, ਥਾਂ ਥਾਂ 'ਤੇ ਉਹਨਾਂ ਨੂੰ ਪ੍ਰਿਥੀ ਚੰਦ ਵੱਲੋਂ ਹੋਰ ਸਮੇਂ ਵੱਲੋਂ ਕੁਦਰਤੀ ਤੌਰ 'ਤੇ ਕਈ ਤਰ੍ਹਾਂ ਨਾਲ ਤਪਾਉਣ ਦੇ ਯਤਨ ਕੀਤੇ, ਪਰ ਮਹਾਰਾਜ ਹਰ ਥਾਂ 'ਤੇ ਸ਼ਾਂਤ ਅਤੇ ਠੰਡੇ ਹੀ ਰਹਿੰਦੇ ਨੇ, ਕਿਉਂਕਿ ਉੱਥੇ ਰਜ਼ਾ ਅਤੇ ਪਾਣੀ ਦੀ ਸਮਝ ਹੈ। ਸਤਿਗੁਰੂ ਨੂੰ ਪਤਾ ਲੱਗਾ ਹਾਲਾਤ ਇੱਥੋਂ ਤੱਕ ਪਹੁੰਚ ਗਏ ਜੀ, ਜਦੋਂ ਰਸਦ ਪਿੱਛੋਂ ਨਾ ਪਹੁੰਚੀ ਨਾ ਅੰਨ ਧਨ ਦੌਲਤ ਪਹੁੰਚਦਾ, ਲੰਗਰ ਮਸਤਾਨੇ ਹੋ ਗਏ। ਐਸਾ ਸਮਾਂ ਵੀ ਆ ਗਿਆ ਮਹਾਰਾਜ ਚਨੇ ਖਾ ਖਾ ਕੇ ਗੁਜ਼ਾਰਾ ਕਰਦੇ ਨੇ, ਕਹਿੰਦੇ ਕਈ ਵਾਰ 'ਤੇ ਉਹ ਵੀ ਕੋਈ ਨਹੀਂ ਸੀ ਮਿਲਦੇ, ਭੁੱਖੇ ਹੀ ਸੌਣਾ ਪੈਂਦਾ। ਭਾਈ ਗੁਰਦਾਸ ਜੀ ਬਾਹਰ ਗਏ ਸਨ, ਬਾਬਾ ਬੁੱਢਾ ਜੀ ਵੀ ਪ੍ਰਚਾਰ ਦੌਰਿਆਂ 'ਤੇ ਗਏ ਨੇ ਸੰਗਤ ਨੂੰ ਦੱਸਣ ਵਾਸਤੇ, ਕਿਉਂਕਿ ਉਦੋਂ ਜਾਂ ਚਿੱਠੀਆਂ ਭੇਜੀਆਂ ਜਾਂਦੀਆਂ ਸਨ ਜਾਂ ਜਾ ਕੇ ਦੱਸਣਾ ਪੈਂਦਾ ਸੀ ਵੀ ਇੱਥੇ ਹੁਣ ਕੀ ਖੇਡ ਵਰਤੀ ਹੈ। ਕੁਝ ਸਮੇਂ ਬਾਅਦ ਜਦੋਂ ਇਹ ਸ਼ਖਸੀਅਤਾਂ ਵਾਪਸ ਆਈਆਂ, ਲੰਗਰ ਦੀ ਹਾਲਤ ਤੱਕੀ, ਸਾਰੀ ਖੇਡ ਦਾ ਪਤਾ ਲੱਗਾ, ਅਤੇ ਮਹਾਰਾਜ ਨੂੰ ਕਹਿਣ ਲੱਗੇ ਵੀ ਸਤਿਗੁਰੂ ਕੀ ਖੇਡ ਵਰਤ ਗਈ ਹੈ, ਵੀ ਕਿੱਥੇ ਇੰਨੀਆਂ ਰੌਣਕਾਂ, ਇੰਨੀ ਸੰਗਤ, ਹਜ਼ਾਰਾਂ ਬੰਦਾ ਇੱਕ ਦਿਨ ਵਿੱਚ ਲੰਗਰ ਛਕਦਾ, ਪਰ ਅੱਜ ਕਿੱਥੇ ਤੁਸੀਂ ਖੁਦ ਵੀ, ਸਾਨੂੰ ਜੋ ਪਤਾ ਲੱਗਿਆ ਵੀ ਭੁੱਖੇ ਵੀ ਰਾਤਾਂ 'ਤੇ ਗੁਜ਼ਾਰ ਜਾਂਦੇ ਹੋ। ਮਹਾਰਾਜ ਨੇ ਉੱਥੇ ਬਾਣੀ ਦਾ ਇੱਕ ਸ਼ਬਦ ਹੈ ਜੀ, ਗੁਰੂ ਸਾਹਿਬ ਕਹਿਣ ਲੱਗੇ ਭਾਵੇਂ ਜ਼ਮੀਨ ਹੋਵੇ ਸੌਣ ਲਈ, ਗੱਦੇ ਮੰਜੇ ਬਿਸਤਰੇ ਕੁਝ ਵੀ ਨਾ ਹੋਣ, ਅਤੇ ਛਕਣ ਵਾਸਤੇ ਭੁੱਖੇ ਹੋਈਏ, ਸੌਣ ਵਾਸਤੇ ਜ਼ਮੀਨ ਹੋਵੇ, ਪਰ ਮਹਾਰਾਜ ਕਹਿੰਦੇ ਜੇ ਪਿਆਰੇ ਦੀ ਯਾਦ ਉਹਦੀ ਬਖਸ਼ਿਸ਼ ਹੈ ਤਾਂ ਸਾਨੂੰ ਇਹ ਵੀ ਪ੍ਰਵਾਨ ਹੈ। ਰੁੱਖੋ ਭੋਜਨ ਭੂਮੀ ਸਹਿਣ, ਭੂਮੀ ਦਾ ਅਰਥ ਹੈ ਜ਼ਮੀਨ, ਸਹਿਣ ਦਾ ਅਰਥ ਹੈ ਸੌਣਾ। ਰੁੱਖੋ ਭੋਜਨ ਭੂਮੀ ਸਹਿਣ ਸਖੀ ਪ੍ਰਿਯ ਸੰਗ ਸੁਖ ਵਿਹਾਰ। ਅਗਰ ਵਿਆਹ ਵਾਹਿਗੁਰੂ ਪਿਆਰਾ ਪਰਮੇਸ਼ਰ ਮਾਲਕ ਹਿਰਦੇ ਵਿੱਚ ਹੈ, ਉਹਦੀ ਯਾਦ ਹੈ, ਤਾਂ ਕਹਿੰਦੇ ਸਾਨੂੰ ਇਹ ਸਾਰਾ ਕੁਝ ਵੀ ਮਿੱਠਾ ਅਤੇ ਚੰਗਾ ਹੀ ਲੱਗਦਾ ਹੈ। ਹੁਕਮ ਅਤੇ ਰਜ਼ਾ ਨੂੰ ਕਿਵੇਂ ਸੱਤ ਕਰਕੇ ਮੰਨਿਆ, ਛੇਤੀ ਹੀ ਭਾਈ ਸਾਹਿਬ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਹਾਲਾਤਾਂ ਨੂੰ ਸੰਭਾਲਿਆ, ਸੰਗਤ ਨੂੰ ਸੁਚੇਤ ਕੀਤਾ, ਭਰਮਾਂ ਵਿੱਚ ਭੁੱਲੀ ਸੰਗਤ ਫਿਰ ਪਰਤ ਕੇ ਗੁਰੂ ਘਰ ਨਾਲ ਜੁੜ ਗਈ। ਇੱਥੇ ਮੈਂ ਇੱਕ ਮਿੰਟ ਵਾਸਤੇ ਬੇਨਤੀ ਕਰਨਾ, ਇਹ ਕੁਝ ਅੱਜ ਵੀ ਵਰਤ ਰਿਹਾ ਹੈ। ਹੁਣ ਤੁਸੀਂ ਇਹ ਨਾ ਸੋਚੇ ਵੀ ਉਦੋਂ ਹੀ ਇਹ ਕੁਝ ਹੋਇਆ ਸੀ ਵੀ ਗੁਰੂ ਸਾਹਿਬ ਦੇ ਘਰ ਦੇ ਜਾਣ ਵਾਲੇ ਰਸਤਿਆਂ ਵਿੱਚ ਹੀ ਲੋਕਾਂ ਨੇ ਝੂਠੇ ਨਕਲੀ ਡੇਰੇ ਜਾਂ ਆਪਣੇ ਦੁਕਾਨਦਾਰੀਆਂ ਖੋਲ੍ਹੀਆਂ ਸਨ। ਪਿਆਰਿਓ, ਅੱਜ ਵੀ ਇਹ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ। ਤੁਸੀਂ ਅਨੰਦਪੁਰ ਸਾਹਿਬ ਜਾਣਾ ਹੋਵੇ, ਤੁਸੀਂ ਅੰਮ੍ਰਿਤਸਰ ਸਾਹਿਬ ਜਾਂ ਜਾਣਾ ਹੋਵੇ, ਰਸਤੇ ਵਿੱਚ ਇਹ ਦੁਕਾਨਾਂ ਤੁਹਾਨੂੰ ਅੱਜ ਵੀ ਮਿਲਦੀਆਂ ਨੇ, ਨਾਮ ਵੱਖਰੇ ਵੱਖਰੇ ਨੇ।
ਔਰ ਬਹੁਤੇ ਤਾਂ ਕਈ ਇਸ ਤਰ੍ਹਾਂ ਹੁੰਦੇ ਨੇ ਜਿਹੜਾ ਸਾਡਾ ਮੰਜ਼ਿਲ ਹੁੰਦੀ ਹੈ ਨਾ, ਜਿਹੜੀ ਸਾਡੀ ਮੰਜ਼ਿਲ, ਉੱਥੇ ਅਸੀਂ ਜਾਂਦੇ ਹੀ ਨਹੀਂ ਸੀ, ਰਸਤੇ 'ਚ ਹੀ ਅਟਕੇ ਰਹਿ ਜਾਂਦੇ। ਕਿਉਂ? ਕੋਈ ਕਹਿੰਦਾ ਜੀ ਉੱਥੇ ਸਮਾਨ ਸਸਤਾ ਮਿਲਦਾ, ਉੱਥੇ ਲੰਗਰ ਸਸਤਾ ਮਿਲਦਾ, ਹੱਦ ਹੋ ਗਈ। ਕਈ ਲੋਕ ਚੀਜ਼ਾਂ ਹੀ ਦੇਖਣ ਅਤੇ ਖਰੀਦਣ ਜਾਂਦੇ ਨੇ, ਅਸੀਂ ਬਖਸ਼ਿਸ਼ ਵਾਸਤੇ ਤੁਰੇ ਹੀ ਨਹੀਂ ਅਤੇ ਸਾਨੂੰ ਮਿਲੇ ਵੀ ਕੋਈ ਨਹੀਂ, ਗੁਰੂ ਮਿਹਰ ਕਰੇ। ਜਿਸ ਦਿਨ ਬਖਸ਼ਿਸ਼ ਵਾਸਤੇ ਤੁਰੋਗੇ, ਗੁਰੂ ਘਰ ਨੂੰ ਮੁੱਖ ਰੱਖ ਕੇ ਤੁਰੋਗੇ, ਫਿਰ ਰਸਤੇ 'ਚ ਜੋ ਮਰਜ਼ੀ ਰੁਕਾਵਟ ਆ ਜਾਏ ਤੁਸੀਂ ਗੁਰੂ ਘਰ ਹੀ ਪਹੁੰਚੋਗੇ। ਜਿਹੜੇ ਵੀ ਇਸ ਭਰਮ ਵਿੱਚ ਨੇ, ਮੈਂ ਤਾਂ ਬੇਨਤੀ ਕਰਦਾ ਵੀ ਸਦੀਆਂ ਤੋਂ ਐਸਾ ਹੁੰਦਾ ਆ ਰਿਹਾ, ਆਮ ਮਨੁੱਖ ਨੂੰ ਸੱਚ ਨਾਲੋਂ ਤੋੜਨ ਲਈ ਝੂਠ ਉਹਦੇ ਨਾਲੋਂ ਵੀ ਜ਼ਿਆਦਾ ਚਮਕਾ ਕੇ ਬਿਠਾ ਦਿੱਤਾ ਜਾਂਦਾ ਵੀ ਉਹ ਨਹੀਂ ਅਸਲ 'ਤੇ ਆ ਜਿਹੜਾ ਚਮਕ ਰਿਹਾ। ਆਰਟੀਫਿਸ਼ਲ ਗਹਿਣੇ ਤੁਸੀਂ ਦੇਖਦੇ ਹੀ ਬਾਜ਼ਾਰਾਂ 'ਚ ਵਿਕਦੇ ਨੇ, ਅਸਲੀ ਨਾਲੋਂ ਵੀ ਵੱਧ ਚਮਕ ਨਕਲੀ ਦੀ ਹੁੰਦੀ ਹੈ ਕਈ ਵਾਰ, ਆਮ ਬੰਦਾ ਭੁਲੇਖਾ ਖਾ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਇਹੀ ਹੋਇਆ ਸੀ ਨਾ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਬਚਨ ਆਖਿਆ ਸੀ, ਬਾਬਾ ਵਸੇ ਗ੍ਰਾਮ ਬਕਾਲੇ, ਅਤੇ ਉੱਥੇ ਧੀਰ ਮੱਲ ਨੇ 22 ਮੰਜੀਆਂ ਲਵਾ ਦਿੱਤੀਆਂ ਸਨ, ਬਣ ਗਏ ਸਨ। ਆਮ ਸੰਗਤ ਵਿਚਾਰੀ ਹੁਣ ਜਿਹਨੂੰ ਬਹੁਤਾ ਗਿਆਨ ਸਮਝ ਨਹੀਂ ਸੀ, ਉਹਨਾਂ ਨੂੰ ਮੱਥਾ ਟੇਕੀ ਕੇ ਉਹਨਾਂ ਨੂੰ ਸਮਝਣ ਲੱਗ ਗਏ। ਪਰ ਉਦੋਂ ਵੀ ਫਿਰ ਸਿਦਕ ਵਾਲਾ ਵਿਵੇਕੀ ਮੱਖਣ ਸ਼ਾਹ ਲਵਾਣਾ ਸਿੱਖ ਉੱਥੇ ਪਹੁੰਚਿਆ, ਉਹਦੇ ਕੋਲ ਫਿਰ ਜੁਗਤੀ ਸੀ। ਮਹਾਰਾਜ ਨੇ ਬਾਣੀ 'ਚ ਕਿਹਾ ਵੀ ਸਿੱਖ ਕੋਲ ਜੁਗਤੀ ਹੋਏ ਅਤੇ ਕੱਚ ਵਿੱਚੋਂ ਸੱਚ ਪਛਾਣ ਲਏਗਾ। ਕੋਲੇ 'ਚੋਂ ਹੀਰਾ ਲੱਭਣ ਦੀ ਜੁਗਤੀ ਹੁੰਦੀ ਹੈ, ਅਸੀਂ ਕੇਵਲ ਦੱਸੀ ਹੋਈ ਗੱਲ 'ਤੇ ਭਰੋਸਾ ਕਰ ਲੈਂਦੇ। ਤਕਰੀਬਨ ਜਿੰਨੇ ਵੀ ਆਪਾਂ ਬੈਠੇ ਹਾਂ, ਖਾਸ ਤੌਰ 'ਤੇ ਮਾਤਾਵਾਂ ਭੈਣਾਂ, ਸੋਨਾ ਸਭ ਨੇ ਪਾਇਆ ਹੋਣਾ ਅਤੇ ਖਰੀਦਿਆ ਹੋਣਾ, ਪਰ ਸਾਨੂੰ ਪਰਖ ਨਹੀਂ ਹੁੰਦੀ, ਪਰਖ ਸੁਨਿਆਰੇ ਨਹੀਂ ਹੁੰਦੀ ਹੈ। ਅਸੀਂ ਲੈ ਲੈਂਦੇ, ਸਾਨੂੰ ਨਕਲੀ ਵੀ ਦੇ ਦੇ ਅਸੀਂ ਤਾਂ ਵੀ ਲੈ ਲੈ, ਕਿਉਂ? ਸਾਨੂੰ ਪਰਖ ਹੀ ਕੋਈ ਨਹੀਂ। ਠੀਕ ਹੈ ਵੀ ਚਲੋ ਕਿਸੇ ਨੂੰ ਹੋਵੇ, ਥੋੜ੍ਹੀ ਬਹੁਤੀ ਹੋ ਸਕਦੀ ਹੈ, ਪਰ ਹੀਰਾ ਤਾਂ ਉਹ ਤੋਂ ਵੀ ਔਖਾ ਹੈ, ਹੀਰੇ ਨੂੰ ਕਿਵੇਂ ਪਹਿਚਾਣੋਗੇ? ਕੱਚ ਅਤੇ ਹੀਰਾ ਸੇਮ ਹੁੰਦੇ ਨੇ, ਪੱਥਰ ਵੀ ਹੀਰਾ ਹੁੰਦਾ, ਪੱਥਰ ਵੀ ਹੁੰਦਾ, ਪੱਥਰ ਹੀਰਾ ਵੀ ਹੁੰਦਾ। ਪਰਖ ਵਿਰਲੇ ਨੂੰ ਹੈ, ਬਸ ਗੁਰੂ ਨੇ ਸਾਨੂੰ ਪਰਖਣ ਵਾਲਾ ਜੌਹਰੀ ਬਣਾਇਆ ਹੈ। ਹਰ ਹੀਰਾ ਜਨ ਜੌਹਰੀ, ਅਸੀਂ ਜੌਹਰੀ ਹਾਂ ਜਿਹਨੇ ਹਰੀ ਰੂਪ ਹੀਰੇ ਦੀ ਪਰਖ ਕਰਨੀ ਹੈ, ਪੂਰੇ ਗੁਰੂ ਦੀ ਪਰਖ ਕਰਨੀ ਹੈ। ਸਾਡੇ ਸਾਹਮਣੇ ਅੱਜ ਸਮੱਸਿਆ ਹੈ, ਉਦੋਂ 22 ਸਨ, ਅੱਜ 22,000 ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਕਿਵੇਂ ਲੱਭੋਗੇ ਪੂਰੇ ਨੂੰ? ਲੋਕ ਭਟਕੇ ਹੋਏ ਨੇ, ਭਰਮਾਂ ਵਿੱਚ ਭੁੱਲੇ ਨੇ, ਫਸੇ ਹੋਏ ਨੇ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕਿਉਂਕਿ ਪਰਖੂ ਬਿਰਤੀ ਖਤਮ ਹੋ ਗਈ, ਗੁਰੂ ਮਿਹਰ ਕਰੇ। ਖੈਰ, ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤ ਨੇ ਉਦੋਂ ਰਲ ਕੇ ਸੁਚੇਤ ਕੀਤਾ, ਸੰਗਤ ਗੁਰੂ ਘਰ ਵੱਲ ਜੁੜੀ, ਫਿਰ ਤੋਂ ਹਾਲਾਤ ਸੁਖਾਵੇਂ ਹੋਏ। ਪਰ ਬਾਬਾ ਪ੍ਰੀਤੀ ਚੰਦ ਨੇ ਇੱਥੇ ਵਾਸਨਾ ਕੀਤੀ, ਉਹਨੇ ਬਾਅਦ ਵਿੱਚ ਸੁਲਭੀ ਖਾਂ ਤੋਂ ਵੀ ਹਮਲਾ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਸੁਲਭੀ ਖਾਂ ਰਸਤੇ ਵਿੱਚ ਮਾਰਿਆ ਗਿਆ, ਸੁਲਭੀ ਖਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਜਦੋਂ ਮਹਾਰਾਜ ਨੂੰ ਪਤਾ ਲੱਗਾ ਵੀ ਹਮਲਾ ਹੋਣ ਲੱਗਿਆ, ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਉਪਾਅ ਕਰੋ, ਕੋਈ ਬੰਦੇ ਭੇਜੋ, ਕੋਈ ਪੱਤਰ ਲਿਖੋ, ਕੋਈ ਜਲਦੀ ਤੋਂ ਕੋਈ ਯਤਨ ਕਰੋ। ਕਿਉਂ? ਜਿੱਥੇ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਹੈ, ਜਿੱਥੇ ਸ਼ਾਂਤੀ ਦਾ ਪੈਗਾਮ ਦਿੱਤਾ ਜਾਂਦਾ ਹੈ, ਇੱਥੇ ਖੂਨ ਦੀਆਂ ਨਦੀਆਂ ਵਹਿਣਗੀਆਂ, ਸੰਗਤਾਂ 'ਤੇ ਹਮਲੇ ਹੋਣਗੇ, ਲੁੱਟ ਮੱਚ ਜਾਏਗੀ। ਹੁਣ ਗੁਰੂ ਸਾਹਿਬ ਦਾ ਭਰੋਸਾ ਦੇਖੋ, ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਮਨੁੱਖ ਪਹੁੰਚਾਵੋ, ਤ੍ਰਿਤੀਆ ਪਾਇਆ ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਉਹਨਾਂ ਨੇ ਜਿਹੜਾ ਜ਼ੋਰ ਲਾਉਣਾ ਲਾ ਲੈਣ, ਜਿਹੜੀ ਤਾਕਤ ਉਹ ਹੈ ਉਹ ਵਰਤਣ, ਜਿਹੜੀ ਸਾਡੇ ਕੋਲ ਹੈ ਅਸੀਂ ਵਰਤਾਂਗੇ। ਅਰ ਮਹਾਰਾਜ ਨੇ ਵਰਤੀ, ਕਹਿੰਦੇ ਅਸੀਂ ਕੋਈ ਯਤਨ ਨਹੀਂ ਕਰਨਾ, ਅਸੀਂ ਮਾਲਕ ਨਾਲ ਜੁੜਾਂਗੇ ਅੱਗੇ, ਮਾਲਕ ਦੀ ਮਰਜ਼ੀ ਜੋ ਉਹਨੂੰ ਮਨਜ਼ੂਰ ਖੇਡ ਉਹ ਹੀ ਵਰਤੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਕ ਸੱਤ ਹੋਏ। ਸੁਲਹੀ ਖਾਂ ਅਤੇ ਸੁਲਭੀ ਖਾਂ ਦੋਵੇਂ ਗੁਰੂ ਘਰ ਵਿੱਚ ਪਹੁੰਚਣ ਤੋਂ ਪਹਿਲੇ ਰਸਤੇ ਵਿੱਚ ਖਤਮ ਹੋ ਗਏ। ਸੁਲਭੀ ਖਾਂ ਇਹ ਆਪਣੇ ਇੱਕ ਸੱਯਦ ਦੇ ਹੱਥੋਂ ਉਹਨੇ ਕੁਹਾੜਾ ਮਾਰ ਕੇ, ਰਸਤੇ 'ਚ ਲੜਾਈ ਹੋਈ, ਲੈਣ ਦੇਣ ਦਾ ਝਗੜਾ, ਕੁਹਾੜੇ ਨਾਲ ਮਾਰ ਕੇ ਉਹਨੂੰ ਖਤਮ ਕਰ ਦਿੱਤਾ, ਇਹ ਵੀ ਗੁਰੂ ਘਰ ਹਮਲਾ ਕਰਨ ਵਾਸਤੇ ਤੁਰੇ। ਸੁਲਹੀ ਖਾਂ ਘੋੜੇ ਤੋਂ ਡਿੱਗ ਕੇ ਪ੍ਰਿਥੀ ਚੰਦ ਆਵੇ ਨੂੰ ਦੇਖਦਾ ਪੱਠੇ ਵਿੱਚ ਸੜਕੇ ਮੋਏ। ਆਪਾਂ ਬਾਣੀ 'ਚ ਬਚਨ ਵੀ ਪੜ੍ਹਦੇ ਹਾਂ, ਸੁਲਹੀ ਅਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚਿਆ, ਸੁਲਹੀ ਹੋਏ ਮੂਆ ਨਾ ਪਾਕ। ਯਤਨ ਉਦੋਂ ਵੀ ਕੀਤਾ ਪਰ ਭਾਨੀ ਦਾ ਜਾਇਆ, ਭਾਣੇ ਦੀ ਮੂਰਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਦੋਂ ਵੀ ਅਡੋਲ ਰਹਿ ਕੇ ਸਾਨੂੰ ਵਿਚਰਨਾ ਸਿਖਾ ਗਿਆ। ਫਿਰ ਉਹ ਤੋਂ ਬਾਅਦ ਖੇਡ ਵਰਤਦੀ ਹੈ, ਇੱਕ ਹੋਰ ਕਠਿਨ ਪ੍ਰੀਖਿਆ ਪੈਂਦੀ ਹੈ, ਜਿਹੜੀ ਕੁਦਰਤੀ ਤੌਰ 'ਤੇ ਕੁਦਰਤੀ ਵੀ ਸੀ ਅਤੇ ਕੁਝ ਯਤਨ ਵੀ ਕੀਤੇ ਗਏ। ਪੰਜਵੇਂ ਪਾਤਸ਼ਾਹ ਦੇ ਘਰ ਬੜੇ ਸਮੇਂ ਬਾਅਦ ਸਿੱਖ ਸੰਗਤ ਦੀਆਂ ਅਰਜ਼ੋਈਆਂ, ਬਾਬਾ ਬੁੱਢਾ ਜੀ ਵਰਗੀ ਮਹਾਨ ਆਤਮਾ ਦੀ ਅਰਦਾਸ ਪੂਰੀ ਹੋਈ ਅਤੇ ਪਾਤਸ਼ਾਹ ਦੇ ਘਰ ਛੇਵੇਂ ਪਾਤਸ਼ਾਹ ਦਾ ਜਨਮ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਨੇ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਖਤਮ ਕਰਨ ਦੀ ਵਿਉਂਤਬੰਦੀ ਪ੍ਰਿਥੀ ਚੰਦ ਨੇ ਗੁੰਦ ਲਈ। ਚਾਰ ਹਮਲਿਆਂ ਦਾ ਜ਼ਿਕਰ ਹੈ ਜੀ। ਪਹਿਲਾ ਸੁਭਾਵਿਕ ਸੀ, ਉਹ ਸੀ ਚੇਚਕ ਦਾ ਹਮਲਾ, ਜਿਹਨੂੰ ਅਸੀਂ ਅੱਜ ਕੱਲ੍ਹ ਮਾਤਾ ਵੀ ਕਹਿ ਦਿੰਦੇ ਹਾਂ ਅਤੇ ਬੜੇ ਤਰ੍ਹਾਂ ਦੇ ਅਸੀਂ ਯਤਨ ਕਰਦੇ ਹਾਂ।
ਮਿਹਰ ਕੀਤੀ ਮਾਲਕ ਨੇ ਮਾਤਾ ਦਾ ਹਮਲਾ ਚੇਚਕ ਦੀ ਬਿਮਾਰੀ ਦਾ ਹਮਲਾ ਬੜਾ ਮਾਰੂ ਹੁੰਦਾ ਹੈ ਇਹ ਕਹਿੰਦੇ ਤਕਰੀਬਨ ਜੇ ਬੱਚੇ ਨੂੰ ਹੋ ਜਾਏ 90% ਬੱਚੇ ਇਸ ਬਿਮਾਰੀ ਨਾਲ ਖਤਮ ਹੋ ਜਾਂਦੇ ਨੇ ਜੇ ਇਹ ਰੋਗ ਦਾ ਨਕਾਰਾ ਕਰਕੇ ਚਲਾ ਜਾਂਦਾ ਹੈ ਕਿਸੇ ਨਾ ਕਿਸੇ ਬੋਡੀ ਦੇ ਪਾਰਟ 'ਤੇ ਇਹਦਾ ਇਫੈਕਟ ਜ਼ਰੂਰ ਪੈਂਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਸਾਰੇ ਜਾਣਦੇ ਉਹਨਾਂ ਦੀ ਇੱਕ ਅੱਖ ਦੀ ਜੋਤ ਨਹੀਂ ਸੀ ਉਹਦਾ ਕਾਰਨ ਇਹੀ ਸੀ ਉਹਨਾਂ ਨੂੰ ਬਚਪਨ ਵਿੱਚ ਚੇਚਕ ਨਿਕਲ ਆਈ ਸੀ ਅਤੇ ਚੇਚਕ ਤੋਂ ਤਾਂ ਬਚਾਅ ਹੋ ਗਿਆ ਪਰ ਜਦੋਂ ਚੇਚਕ ਗਈ ਖਤਮ ਹੋਈ ਭਾਵੋ ਅੱਖ 'ਤੇ ਅਟੈਕ ਕਰ ਗਈ ਅੱਖ ਦੀ ਜੋਤ ਖਤਮ ਕਰ ਗਈ ਸੀ ਪਰ ਮਾਲਕ ਨੇ ਮਿਹਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਲ ਵਿੰਗਾ ਨਾਲ ਪਹਿਲੇ ਹਮਲੇ ਤੋਂ ਬਚਾਇਆ ਪ੍ਰਿਥੀ ਚੰਦ ਨੇ ਇਹ ਤੋਂ ਬਾਅਦ 3 ਯਤਨ ਕੀਤੇ ਦਾਈ ਦੇ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਉੱਥੇ ਉਹਦਾ ਉਹ ਹਮਲਾ ਫੇਲ ਹੋਇਆ ਉਹ ਤੋਂ ਬਾਅਦ ਉਹਨੇ ਖਡਾਵੇ ਨੂੰ ਆਖਿਆ ਵੀ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਿਲਾ ਦੇ ਉੱਥੋਂ ਵੀ ਉਹ ਫੇਲ ਹੋਇਆ ਤੀਜਾ ਹਮਲਾ ਸੀ ਬ੍ਰਾਹਮਣ ਦੇ ਰਾਹੀਂ ਦੁਸ਼ਟ ਬ੍ਰਾਹਮਣ ਮੂਆ ਹੋਏ ਕਸੂਲ ਜਿਹੜੇ ਮਹਾਰਾਜ ਨੇ ਬਾਣੀ 'ਚ ਵਰਤੇ ਭਾਵ ਕੀ ਸੀ ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਪਾਉਣ ਦੇ ਸਤਾਉਣ ਦੇ ਅਤੇ ਜਲਾਉਣ ਦੇ ਯਤਨ ਕੀਤੇ ਪਰ ਗੱਲ ਉਹੀ ਹੈ ਜਿਨ੍ਹਾਂ ਨੇ ਰਜ਼ਾ ਪਾਣੀ ਦਾ ਪਾਠ ਪੜ੍ਹਿਆ ਉਹ ਹਮੇਸ਼ਾ ਅਡੋਲ ਰਿਹਾ ਕਰਦੇ ਨੇ ਉਹਨਾਂ ਕੋਲ ਥਿਊਰੀ ਵੀ ਹੈ ਉਹਨਾਂ ਕੋਲ ਪ੍ਰੈਕਟੀਕਲ ਵੀ ਹੈ ਸਤਿਗੁਰੂ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਾਂਗੇ ਸਮਾਂ ਸਮਾਪਤ ਹੈ ਪਰ ਮੈਂ ਸੰਖੇਪ 'ਚ ਬੇਨਤੀ ਕਰਕੇ ਸਮਾਪਤੀ ਕਰਾਂ ਉਹਨਾਂ ਦੀ ਬਾਣੀ ਪੜ੍ਹੋ ਸੁਖਮਨੀ ਸਾਹਿਬ 12 ਮਹਾਂ 4 ਬੋਲੇ ਸਲੋਕ ਸੰਸਕ੍ਰਿਤੀ ਗਾਥਾ ਫੁਨਹੇ 2312 ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਜ ਨੇ ਬਹੁਤੇ ਸ਼ਬਦਾਂ ਵਿੱਚੋਂ ਰਜ਼ਾ ਭਾਣਾ ਅਤੇ ਹੁਕਮ ਦੀ ਖੁਸ਼ਬੂ ਆਉਂਦੀ ਹੈ ਬਹੁਤ ਸ਼ਬਦ ਨਾਮ ਨਾਲ ਜੋੜਦੇ ਨੇ ਸਾਨੂੰ ਸੰਬੋਧਨ ਵੀ ਕਰਦੇ ਨੇ ਰੋਜ਼ ਪੜ੍ਹਦੇ ਹੋ ਕਿ ਹੇ ਜੀਵ ਤੂੰ ਕਿਸ ਵਾਸਤੇ ਆਇਆ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾ ਨਹੀਂ ਸਾਡਾ ਧਿਆਨ ਉਸ ਆਰੰਭ ਦੇ ਕਾਲ ਵਿੱਚ ਲੈ ਗਏ ਕਿ ਮਾਤਾ ਦੇ ਉਦਰ ਦੇ ਵਿੱਚ ਤੇਰਾ ਮੂਲ ਕੀ ਸੀ ਭਾਵ ਤੇਰੇ ਇਸ ਸਰੀਰ ਦੀ ਕਾਢ ਸ਼ੁਰੂ ਕਿੱਥੋਂ ਹੋਈ ਅਤੇ ਅੱਜ ਤੂੰ ਦਿਸ ਕੀ ਰਿਹਾ ਇਹ ਕਿਹਦੀ ਕਿਰਪਾ ਕਹਿੰਦੇ ਉਸ ਰਮਈਆ ਦੇ ਉਹਦਾ ਗੁਣ ਹੈ ਉਹਨੂੰ ਚੇਤੇ ਰੱਖ ਤੂੰ ਕਿਹੜੇ ਚੱਕਰਾਂ 'ਚ ਉਲਝਿਆ ਫਿਰਦਾ ਕਵਨ ਮੂਲ ਅਤੇ ਕਵਨ ਦ੍ਰਿਸ਼ਟਾ ਨੇ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਇਹਨੂੰ ਸਿਗਾਰਿਆ ਨਾ ਪੜ੍ਹਿਆ ਕਰੋ ਬਹੁਤ ਥਾਂ 'ਤੇ ਛੁੱਟਦਾ ਲੋਕ ਸਿਗਾਰ ਜਾਂ ਸਿਗਾਰਿਆ ਪੜ੍ਹਦੇ ਨੇ ਸਿਗਾਰ ਕਿਹਨੂੰ ਕਹਿੰਦੇ ਨੇ ਜੀ ਪਤਾ ਹੈ ਨਾ ਅਤੇ ਅਸੀਂ ਬਾਣੀ 'ਚ ਜਦੋਂ ਸ਼ਿੰਗ ਬਾਣੀ 'ਚ ਗੱਲ ਕਰਦੇ ਹਾਂ ਸ਼ਿੰਗਾਰ ਦੀ ਅਸੀਂ ਪੜ੍ਹੀ ਜਾਂਦੇ ਹਾਂ ਸਿਗਾਰ ਹੁਣ ਸਿਗਾਰ ਉਹ ਨਸ਼ਾ ਹੈ ਤੰਬਾਕੂ ਪੀਣ ਵਾਲਾ ਹੁਣ ਕਹਿੰਦੇ ਨਹੀਂ ਬਿੰਦੀ ਨਹੀਂ ਲਾਉਣੀ ਫਿਰ ਠੀਕ ਹੈ ਭਾਈ ਅਰਥਾਂ ਦੇ ਨਾਲ ਅਰਥ ਕਰੀ ਜਾਓ ਬਹੁਤ ਥਾਂ 'ਤੇ ਜਿਹੜੇ ਸ਼ਬਦਾਂ ਜਿਹੜਾ ਭਾਵ ਮਹਾਰਾਜ ਨੇ ਲਿਆ ਉਸ ਭਾਵ ਵਿੱਚ ਸਾਨੂੰ ਉਚਾਰਨ ਕਰਨਾ ਪਏਗਾ ਨਹੀਂ ਅਰਥਾਂ ਦੇ ਅਨਰਥ ਕਰ ਬੈਠੋਗੇ ਖੈਰ ਮਹਾਰਾਜ ਕਹਿੰਦੇ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨੀ ਮੈਂ ਜਿਨੈ ਉਬਾਰਿਆ ਬਾਹਰ ਵਿਵਸਥਾ ਤੂੰ ਛੋਟਾ ਸੀ ਤੇਰੀ ਬਾਲਕ ਦੀ ਅਵਸਥਾ ਸੀ ਤੁਝਾ ਪਿਆਰਾ ਦੂਧ ਪਰ ਜੋਬਨ ਭੋਜਨ ਸੁੱਖ ਸੂਧ ਮਾਲਕ ਨੇ ਸਮੇਂ ਸਮੇਂ 'ਤੇ ਉਸ ਹਿਸਾਬ ਨਾਲ ਤੇਰੀ ਪਰਵਰਿਸ਼ ਤੇਰੀ ਖੁਰਾਕ ਤੇਰੀਆਂ ਸੁੱਖ ਸਹੂਲਤਾਂ ਦਾ ਇੰਤਜ਼ਾਮਾਤ ਕੀਤਾ ਫਿਰ ਕਹਿੰਦੇ ਬਿਰਧ ਪਿਆ ਉੱਪਰ ਸਾਖ ਸਹਿਣ ਬੁੱਢਾ ਹੋ ਗਿਆ ਮੰਜੇ 'ਤੇ ਬਹਿ ਗਿਆ ਰੋਗ ਲੱਗ ਗਿਆ ਕਹਿੰਦੇ ਰਿਸ਼ਤੇਦਾਰ ਬੱਚੇ ਸਾਰੇ ਇਕੱਠੇ ਹੋ ਕੇ ਆ ਗਏ ਹਾਲ ਚਾਲ ਪੁੱਛਦੇ ਨੇ ਬਾਪੂ ਦੱਸ ਕੀ ਚਾਹੀਦਾ ਬੇਬੇ ਕੀ ਸੇਵਾ ਕਰੀ ਬਿਰਧ ਪਿਆ ਉੱਪਰ ਸਾਖ ਸਹਿਣ ਮੁੱਖ ਪਿਆ ਉਹ ਬੈਠ ਕੋ ਦੈਨ ਬੈਠਿਆਂ ਨੂੰ ਮੂੰਹ 'ਚ ਖੁਰਾਕਾਂ ਪਾਉਂਦੇ ਨੇ ਪਰ ਕਹਿੰਦੇ ਹਕੀਕਤ ਕੀ ਹੈ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਜਿਹੜੀ ਮੈਂ ਆਰੰਭ 'ਚ ਬੇ 90% ਲੋਕ ਉਸ ਮਾਲਕ ਦੀ ਬਖਸ਼ਿਸ਼ ਨੂੰ ਭੁਲਾ ਕੇ ਮਾਇਆ ਨਾਲ ਜੁੜ ਕੇ ਚੱਲਦੇ ਨੇ ਸੰਸਾਰ ਨੂੰ ਮੁੱਖ ਰੱਖ ਕੇ ਚੱਲਦੇ ਅਸੀਂ ਕਦੀ ਗੁਰੂ ਨੂੰ ਮੁੱਖ ਨਹੀਂ ਰੱਖਿਆ ਗੁਰੂ ਮਿਹਰ ਕਰੇ ਜਿਸ ਦਿਨ ਗੁਰੂ ਨੂੰ ਮੁੱਖ ਰੱਖੋਗੇ ਗੁਰਮੁੱਖ ਬਣ ਜਾਓਗੇ ਇੱਕੋ ਜੁਗਤੀ ਹੈ ਅਤੇ ਮੁੱਖ ਰੱਖਣ ਦੇ ਵਾਸਤੇ ਸਾਰੀ ਗੁਰਬਾਣੀ ਹੈ ਬਾਣੀ ਹੀ ਜੁਗਤੀ ਹੈ ਹੈ ਤਾਂ ਅਸੀਂ ਨਿਰਗੁਣ ਹਾਂ ਪਰ ਮਾਲਕ ਮਿਹਰ ਕਰਦੇ ਨੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜੈ ਜੇ ਕਿਤੇ ਮਾਲਕ ਤੂੰ ਮਿਹਰ ਕਰੇ ਤੂੰ ਬਖਸ਼ ਲੈ ਤਾਂ ਹੀ ਸਾਨੂੰ ਤੇਰੇ ਦਰ ਦੀ ਸੋਝੀ ਪੈ ਸਕਦੀ ਹੈ ਤੇਰੇ ਤੱਕ ਪਹੁੰਚ ਸਕਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਗਤ ਸਾਹਿਬਾਨ ਦੀ ਬਾਣੀ ਅਤੇ ਉਸ ਸਾਰੀ ਬਾਣੀ ਨੂੰ ਤਰਤੀਬ ਦੇਣੀ ਹਰਿਮੰਦਰ ਸਾਹਿਬ ਦੀ ਸਰੋਵਰ ਦੇ ਬਿਲਕੁਲ ਸੈਂਟਰ 'ਚ ਉਸਾਰੀ ਕਰਨੀ ਥਾਂ ਥਾਂ 'ਤੇ ਨਗਰ ਵਸਾਉਣੇ ਜਿੱਥੇ ਕਿਤੇ ਕਾਲ ਪੈ ਜਾਏ ਰੋਗ ਪੈ ਜਾਣ ਉੱਥੇ ਆਪ ਚੱਲ ਕੇ ਪਹੁੰਚਣਾ ਇਹ ਉਹਨਾਂ ਦੀ ਬੜੀ ਸਿਦਕ ਦੇ ਲਈ ਦਰਿਆ ਦੇ ਲਈ ਦੂਰ ਅੰਦੇਸ਼ੀ ਅਤੇ ਉਹਨਾਂ ਨੂੰ ਜੋ ਮਾਲਕ ਨੇ ਇਹ ਬਖਸ਼ਿਸ਼ ਦਾਤ ਨਾਲ ਨਿਵਾਜਿਆ ਉਹਨਾਂ ਸਾਰੀਆਂ ਗੁਣਾਂ ਦੀ ਉਹਨਾਂ ਦੇ ਜੀਵਨ 'ਚੋਂ ਝਲਕ ਪੈਂਦੀ ਹੈ ਜਿੱਥੇ ਵੀ ਸਮਾਂ ਬਣਿਆ ਮਹਾਰਾਜ ਨੇ ਹਰ ਥਾਂ 'ਤੇ ਆਪ ਪਹੁੰਚ ਕੇ ਗਰੀਬਾਂ ਲੋੜਵੰਦਾਂ ਨਿਮਾਣੇ ਨਿਤਾਣੇ ਲੋਕਾਂ ਦੀ ਮਦਦ ਵੀ ਕੀਤੀ ਹੈ ਹਰ ਥਾਂ 'ਤੇ ਖੜ੍ਹੇ ਨੇ ਅਤੇ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਪਾਉਣ ਦੀ ਯੁਗਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸੀ ਹੈ ਤੋ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਮਿਹਰ ਦਾ ਸਦਕਾ ਆਪ ਸਾਰੀਆਂ ਗੁਰਸਿੱਖ ਸੰਗਤਾਂ ਸੁਮਿਲਤ ਹੋ ਕੇ ਇਸ ਸਥਾਨ 'ਤੇ ਮਨਾਇਆ ਮਹਾਰਾਜ ਕਿਰਪਾ ਕਰਨ ਅਤੇ ਅਸੀਂ ਇੱਕ ਵਿਦਵਾਨ ਦੇ ਜਿਹੜੇ ਬਚਨ ਨੇ ਮੈਂ ਹਰ ਵਾਰ ਬੇਨਤੀ ਕਰਦਾ ਵੀ ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨਾ ਕਰੋ
दिन मनाना सफल उस दिन होएगा जिन्होंने गल भी कोई मन लीए तो कमा लीए। तो अरदास है सतगुरु मेहर करन कृपा करन आप विच वर्तन सानू मत समत समर्था बख्शिश करन। आओ गुरु प्यारी साध संगत जीओ इत्थे एक बेनती है कि इस इलाके गुरद्वारा सिंह सभा तो इत्थों दीआं समूह संगतां श्री सुखमनी सेवा सुसायटी ते होर जिन्ने भी आप सारे सज्जन रल मिल के आप जी ने उपराला किया है वह है गुरु नानक साहब जी के 550 साल शताब्दी को मुख रखदिया गुरु नानक ज्ञान अकैडमी की आरंभता की गई है। बहुत सारिया संगतां तक यह सुनेहा पहुँच गया होगा जिस दे विच तीन तरीके नाल साड़ी जिहड़ी पनीरी है बच्चे ते जवान जिहड़े हले पढ़ रहे ने जां किसे फील्ड विच विचरना चाहुंदे ने उन्हां नूं तीन तरीकियां नाल सिक्ख्यावां देण दा प्रबंध किया। सब तो पहला है जी संसारी विद्या की ट्यूशन, एक ट्यूशन सेंटर खोलिया गया जिस दे विच सत्तवीं तो लैके दसवीं क्लास के बच्चों अंग्रेजी मैथ और साइंस ये तीन विषयां की ट्यूशन दी जाएगी। ये बिल्कुल फ्री है, मुफ्त है, फ्री ऑफ कॉस्ट है। कोई भी तुहाडे परिवार का लोड़वंद परिवार तुहाडे आले दुआले तुहाडे संपर्क विच होण उहनां तक ये मैसेज जरूर पहुँचाओ। सत्तवीं अठवीं नौवीं ते दसवीं दे बच्चे इंग्लिश मैथ ते साइंस इस विषयां दी ट्यूशन प्राप्त करनी चाहुंदे ने वह इस स्थान ते रोज़ाना सोमवार तो लैके शनिवार तक शामी 4 to 5:30 तक डेढ़ घंटे का टाइम है संगतां नोट करन। दूसरा है जी सिलाई सेंटर, लोड़वंद बच्चियां जिन्हें थोड़ी बहुत पढ़ाई की है ज किसी आरे लगना चाहुंदियां ने उन्हां वास्ते सिलाई सेंटर खोलिया गया है। इहदा समा है सोमवार तो शनिवार 10:30 to 12:30 तक। तीसरा है जी संगीत दीआं क्लासां, गुण गावत मन हरिया होवे कथा सुनत मल सगलीख होवे पार ब्रह्म होवे सहाई कथा कीर्तन सुखदाई। तुहाडे चों कोई परिवारां दा बच्चा हारमोनीयम तबला कीर्तन सीखण दा चाहवान है वह भी इत्थे दे जो मोढ़ी सज्जण ने उहनां नाल संपर्क कर सकदा है। समा उही है शाम नूं 4 to 5:30 तक श्री सुखमनी सेवा सैटी गुरद्वारा सिंह सभा ते सारियां संगतां दे सहयोग नाल रल के उद्यम किया गया है कि जैसे सात मंदिर कंचन के उसार दिने तैसा पुन सिख को एक शब्द सिखाए कै। असीं जिथे गुरु तो सीखना है तो जिन्ना सीखना है उन्ना दूजिआं नूं सिखाउणा भी है ताकि जिथे नाल नाल साडा ते जो भी साडे संपर्क च आउण सभनां दा ही जीवन लोक सुखीए परलोक सुहेले नानक हर परब आपै मिले हो जाए। गुरपुरब दीआं फिर तो संगतां नूं बेअंत बेअंत वधाइयां। सतगुर दया करन कृपा करन सभनां नूं चढ़दी कला नामदान गुरसिखी जीवन की दात बख्शन। सारिया ही संगतां सारे ही सज्जन भैन भरा सारे प्यार वाले हो गुरु साहब सारिया ते कृपा करन धन्नवाद। अनेक भुल्लां दी खिमा मिल के आखो जी वाहिगुरु जी की फतेह।